ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਨ ਦੇਖ ਰਹੇ ਦਰਸ਼ਕਾਂ ਦਾ ਅਰਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਲੋਕ ਸਭਾ 2019 ਦਾ ਜੋ ਸਮਾਂ ਇਸ ਟਾਈਮ ਚੱਲਦਾ ਪਿਆ ਹੈਗਾ, ਚੁਣਾਵ ਦਾ ਮੌਸਮ ਹੈਗਾ, ਚੁਣਾਵ ਦਾ ਸੀਜ਼ਨ ਹੈਗਾ, ਔਰ ਚੁਣਾਵੀ ਗੱਲਾਂ ਬਾਤਾਂ ਜਿਹੜੀ ਹੈਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਵਾਸਤੇ ਇੱਕ ਨਿਸ਼ਕਰਸ਼ ਲੈ ਕੇ ਔਰ ਇੱਕ ਐਨਾਲਿਸਿਸ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਜੁੜੇ ਨੇ ਸਰਦਾਰ ਜਰਨੈਲ ਸਿੰਘ ਜੀ, ਜੋ ਕਿ ਜਰਨਲਿਸਟ ਰਹੇ ਨੇ ਔਰ ਬਹੁਤ ਵੱਡਾ ਸਮਾਂ ਉਹਨਾਂ ਨੇ ਪੱਤਰਕਾਰੀ ਦੇ ਵਿੱਚ ਆਪਣਾ ਬਿਤਾਇਆ ਹੈਗਾ, ਔਰ ਪੂਰੇ ਭਾਰਤ ਵਰਸ਼ ਦੇ ਵਿੱਚ ਉਹ ਆਪਣੀ ਪੈਨੀ ਨਿਗਾਹ ਦੇ ਨਾਲ ਸਾਰਾ ਐਨਾਲਿਸਿਸ ਕਰਕੇ ਆਪਣੇ ਲੇਖ ਵੀ ਲਿਖਦੇ ਰਹੇ ਨੇ। ਬਾਅਦ ਚੋਂ ਰਾਜਨੀਤੀ ਦੇ ਵਿੱਚ ਆਏ ਔਰ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਸੇਵਾਵਾਂ ਜੋ ਕਿ ਕਰਦੇ ਪਏ ਨੇ, ਅਜੇ ਵੀ ਮੌਜੂਦਾ। ਗੁਰਫਤਿਹ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਫਤਿਹ। ਪਹਿਲੇ ਤਾਂ ਮੈਂ ਦੱਸ ਦੇਣਾ ਚਾਹਾਂਗਾ ਕਿ ਇੱਕ ਵਧਾਈ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਇੱਕ ਚੰਗੀ ਇੱਕ ਗੱਲ ਕਹਿ ਸਕਦੇ ਹਾਂ ਆਪਾਂ ਕਿ ਇੱਕ 10 ਸਾਲ ਪੂਰੇ ਹੋ ਗਏ ਨੇ ਜਰਨੈਲ ਸਿੰਘ ਜਦੋਂ ਸੁਰਖੀਆਂ ਦੇ ਵਿੱਚ ਆਏ ਸੀਗੇ ਜੀ, ਜਦੋਂ ਜੁੱਤੀ ਦਾ ਇੱਕ ਮਾਮਲਾ ਚੁਲਿਆ ਸੀਗਾ, ਜਿਸ ਕਰਕੇ ਜਰਨੈਲ ਸਿੰਘ ਨੂੰ ਜਾਣਿਆ ਜਾਂਦਾ ਸੀਗਾ ਕਿ ਜਰਨੈਲ ਸਿੰਘ ਨੇ ਜੁੱਤੀ ਜਿਹੜੀ ਸੁੱਟੀ ਸੀਗੀ, ਔਰ ਪੀ ਚਿਦੰਬਰਮ ਦੇ ਉੱਪਰ ਹੋਰ 2 ਕਾਂਗਰਸੀ MPਆਂ ਦੀ ਜਿਹੜੀ ਟਿਕਟਾਂ ਕਟਾਈਆਂ ਸੀਗੀਆਂ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਆ, ਫਿਰ ਉਹੀ ਜਿਹੜਾ ਹੈਗਾ 10 ਸਾਲ ਇਸੇ ਕਰਕੇ ਹੀ ਹੋ ਗਏ ਕਿਉਂਕਿ ਉਦੋਂ ਵੀ ਲੋਕ ਸਭਾ ਚੁਣਾਵ ਜਿਹੜੇ ਨੇ ਉਸ ਸਮੇਂ ਸਰਗਰਮੀਆਂ ਦੇ ਵਿੱਚ ਸੀਗੀ, ਉਹੀ ਸੀਜ਼ਨ ਸੀਗਾ। ਇਸ ਗੱਲ ਦੀ ਪਹਿਲੇ ਤਾਂ ਅਸੀਂ ਅਕਾਲ ਚੰਨ ਵੱਲੋਂ ਵਧਾਈ ਦੇਵਾਂਗੇ ਕਿ ਉਹ ਜੋ ਤੁਸੀਂ ਹੌਸਲਾ ਜਿਹੜਾ ਤੁਹਾਡੇ ਵਿੱਚ ਸੀਗਾ, ਗੁਰੂ ਸਾਹਿਬ ਨੇ ਇੱਕ ਜਜ਼ਬਾ ਬਖਸ਼ਿਆ ਸੀਗਾ ਕਿ ਜਿਹਦੇ ਕਰਕੇ 2 ਕਾਂਗਰਸੀ MPਆਂ ਦੀ ਟਿਕਟ ਕੱਟੀ ਸੀਗੀ, ਔਰ ਉਸ ਤੋਂ ਬਾਅਦ ਉਹਨਾਂ ਦਾ ਬੁਰਾ ਸਮਾਂ ਜਿਹੜਾ ਹੈਗਾ ਚਾਲੂ ਹੋ ਗਿਆ ਸੀਗਾ ਕਿ ਅੱਜ 10 ਸਾਲਾਂ ਬਾਅਦ ਘੱਟੋ ਘੱਟ ਸੱਜਣ ਕੁਮਾਰ ਜੇਲ੍ਹ ਦਾ ਵਿਸਤਾ ਚਲਾ ਗਿਆ। ਜੇ ਉਸ ਸਮੇਂ ਸ਼ਾਇਦ ਜੇ ਕੋਈ ਜੁੱਤੀ ਨਾ ਚੁੱਕਦਾ ਤੇ ਮੈਨੂੰ ਲੱਗਦਾ ਨਹੀਂ ਸੀ ਕਿ ਅੱਜ ਸ਼ਾਇਦ ਇਹ ਦਿਨ ਵੀ ਕੋਈ ਦੇਖਣਾ ਪੈਂਦਾ। ਕੀ ਕਹਿਣਾ ਚਾਹੋਗਾ ਕਿ 10 ਸਾਲ ਦਾ ਤਜੁਰਬਾ ਕਿਹੋ ਜਿਹਾ ਰਿਹਾ? ਕਬੀਰ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਪਇਓ ਕਬੀਰ ਕਬੀਰ, ਕੀਤਾ ਕਰਨਾ ਸਰਵ ਰਜਾਈ ਕਿਛ ਕੀਚੇ ਜੇ ਕਰ ਸਕੀਏ। ਇੱਕ 11 ਸਾਲ ਦੇ ਬੱਚੇ ਦੇ ਤੌਰ ਦੇ ਉੱਤੇ ਵੀ ਮੈਂ 84 ਦਿੱਲੀ 'ਚ ਦੇਖੀ ਹੈ, ਆਪਣੇ ਭਰਾਵਾਂ ਨੂੰ ਮਾਰ ਖਾਂਦਿਆਂ, ਮਾਮਿਆਂ ਦੇ ਟੈਕਸੀ ਸਟੈਂਡਾਂ ਨੂੰ ਅੱਗ ਲੱਗਦਿਆਂ ਹੋਇਆਂ, ਇਹ ਸਭ ਸਾਡਾ ਅਨੁਭਵ ਰਿਹਾ। ਮੈਂ ਜਿਹੜੇ ਗੁਰਦੁਆਰਾ ਸਾਹਿਬ ਜਾਂਦਾ ਸੀ ਅਤੇ ਜਿੱਥੇ ਮੇਰਾ ਸਕੂਲ ਵੀ ਸੀ, ਉਹਨੂੰ ਅੱਗ ਲੱਗਦੇ ਹੋਏ ਵੇਖਿਆ, ਆਪਣੀ ਅੱਖਾਂ 'ਚ ਅੱਜ ਵੀ ਯਾਦ ਹੈ। ਵੱਡੇ ਹੋਏ ਪੱਤਰਕਾਰਤਾ 'ਚ ਆਏ, ਮੈਂ ਸ਼ੋਰਟ 'ਚ ਗੱਲ ਕਰਾਂ ਤਾਂ 2005 ਦੇ ਵਿੱਚ ਨਾਨਾਵਾਡੀ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਕਾਰਵਾਈ ਕਰਨਗੇ, ਪਰ ਉਹਨਾਂ ਦੀ ਹਿੰਮਤ ਨਹੀਂ ਹੋਈ। 2009 ਆ ਗਿਆ, ਕੋਈ ਚਾਰਜਸ਼ੀਟ ਨਹੀਂ ਹੋਈ ਅਤੇ ਸੱਜਣ ਕੁਮਾਰ ਟਾਈਟਲਰ ਦੀਆਂ ਜਿਹੜੀਆਂ ਚਾਰਜਸ਼ੀਟਾਂ ਸੀ ਉਹਨਾਂ ਨੇ ਬੰਦ ਕਰ ਦਿੱਤੀਆਂ, ਕੇਸ ਬੰਦ ਕਰ ਦਿੱਤੇ। CBI ਨੇ ਕਹਿਤਾ ਕਿ ਅੱਗੇ ਲੋੜ ਨਹੀਂ, ਕੇਸ ਅਸੀਂ ਕਲੋਜ਼ ਕਰ ਰਹੇ ਹਾਂ। ਅਤੇ ਦੋਨਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਲੋਕ ਸਭਾ ਇਲੈਕਸ਼ਨ ਲੜਨ ਦੀਆਂ, ਅਤੇ ਨਾਲ ਦੇ ਨਾਲ ਪੀ ਚਿਦੰਬਰਮ ਗ੍ਰਹਿ ਮੰਤਰੀ ਨੇ 2 ਅਪ੍ਰੈਲ ਨੂੰ ਕਿਹਾ ਕਿ ਮੈਂ ਬੜਾ ਖੁਸ਼ ਹਾਂ ਕਿ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ। ਤਾਂ ਫਿਰ 5 ਦਿਨ ਬਾਅਦ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਪੁੱਛਿਆ ਸੀ ਕਿ ਬਈ ਤੂੰ ਕਿੱਦਾਂ ਖੁਸ਼ ਹੈ ਜਦੋਂ ਜਿਹੜੇ ਵਿਧਵਾਵਾਂ ਨੇ ਉਹ ਰੋਂਦੀਆਂ, ਜਿਹੜੇ ਅਨਾਥ ਬੱਚੇ ਉਹ ਰੋਂਦੇ ਹੈ, ਤੇਰਾ ਕੰਮ ਹੈ ਸਜ਼ਾ ਦੇਣਾ ਅਤੇ ਤੂੰ ਕਾਤਲਾਂ ਦੇ ਛੁੱਟਣ ਦੇ ਉੱਤੇ ਖੁਸ਼ੀ ਮਨਾ ਰਿਹਾ। ਤਰੀਕ ਕੀ ਸੀ ਬਸ? ਉਹ ਸੀਗੀ 7 ਅਪ੍ਰੈਲ 2009। ਓਕੇ। ਅਤੇ ਉਹਨੇ ਮੇਰੀ ਗੱਲ, ਕਹਿੰਦਾ ਮੈਂ ਤੇਰੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਮੈਂ ਕਿਹਾ ਤੂੰ ਸਟੇਟਮੈਂਟ ਦਿੱਤੀ ਮੈਨੂੰ ਉਹਦਾ ਜਵਾਬ ਦੇ, ਕਹਿੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਉਹਨੂੰ ਪਿੱਛੇ ਹਟਾਓ। ਉਦੋਂ ਫਿਰ ਮੈਂ ਜੁੱਤੀ ਸੁੱਟ ਕੇ ਮਾਰੀ। ਉਹ ਇੱਕ ਪ੍ਰੋਟੈਸਟ ਸੀਗਾ ਉਸ ਇਸ਼ੂ ਨੂੰ ਹਾਈਲਾਈਟ ਕਰਨ ਦਾ, ਇੱਕ ਨਾਟਕੀ ਢੰਗ ਦੇ ਨਾਲ ਉਸ ਇਸ਼ੂ ਨੂੰ ਜਿਹਨੂੰ ਦਬਾ ਦੇਣਾ ਚਾਹੁੰਦੇ ਸੀ ਉਹਨੂੰ ਲੈ ਕੇ ਆਉਣਾ। ਇਹ ਪਰਮਾਤਮਾ ਦੀ ਕੁਦਰਤ ਹੈ ਕਿ ਇੱਕ ਦਿਨ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਆਪਣੇ ਕਹਿ ਲਓ ਕਿ ਗੋਡਿਆਂ 'ਤੇ ਆ ਗਈ। ਅਤੇ ਜੁੱਤੀ ਜਿਹੜੀ ਮਾਰੀ ਵੀ ਗਈ ਸੀ, ਆਈ ਥਿੰਕ ਉਹ ਸ਼ਾਇਦ ਉਹ ਇੱਕ ਪ੍ਰੋਟੈਸਟ ਦੇ ਵਜੋਂ ਹੀ ਮਾਰੀ ਗਈ ਸੀ, ਜਿਸ ਤਰੀਕੇ ਉਹ ਛਾਲੀ ਗਈ ਸੀ। ਸਰ ਕੀ ਹੁੰਦਾ ਹੈ, ਇੱਕ ਤਾਂ ਦੋ ਚੀਜ਼ਾਂ ਸੰਕੇਤਕ ਸੀ। ਇੱਕ ਤਾਂ ਜਦੋਂ ਦੇਸ਼ ਦੇ ਅੰਦਰ ਇੰਟਰਨਲ ਸਿਕਿਉਰਿਟੀ ਦਾ ਮਾਮਲਾ ਹੁੰਦਾ, ਕੋਈ ਦੰਗਾ ਫਸਾਦ ਜਾਂ ਜੋ ਵੀ ਹੁੰਦਾ, ਉਹਨੂੰ ਰੋਕਣ ਦਾ ਕੰਮ ਜਿਹੜਾ ਹੁੰਦਾ ਗ੍ਰਹਿ ਮੰਤਰੀ ਦਾ ਹੁੰਦਾ, ਅਤੇ ਗ੍ਰਹਿ ਮੰਤਰੀ ਕਹਿ ਰਿਹਾ ਸੀ ਕਿ ਜਿਹੜਾ ਇੰਨਾ ਵੱਡੀ ਨਸਲਕੁਸ਼ੀ ਹੋਈ ਅਤੇ ਮੈਂ ਕਾਤਲਾਂ ਦੇ ਛੁੱਟਣ 'ਤੇ ਖੁਸ਼ ਹਾਂ। ਦੂਜੀ ਗੱਲ ਕਰਨ ਵਾਲੀ ਸੀ ਕਾਂਗਰਸ ਪਾਰਟੀ, ਅਤੇ ਉਹ ਸੀਗਾ ਕਾਂਗਰਸ ਦਾ ਹੈੱਡਕੁਆਟਰ, ਅਤੇ ਉੱਥੇ ਜਾ ਕੇ ਜੁੱਤੀ ਮਾਰਨਾ, ਉਹਨਾਂ ਨੂੰ ਇਨਸਲਟ ਕਰਨੀ ਸੀ, ਅਤੇ ਨਾਲੇ ਉਸ ਇਸ਼ੂ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਾ ਸੀ ਕਿ ਸਿੱਖਾਂ ਨਾਲ ਇਹ ਹੋਇਆ, ਅਤੇ ਇਹ ਇਸ ਨੂੰ ਦੱਬਣਾ ਚਾਹੁੰਦੇ ਨੇ ਅਤੇ ਕਾਤਲਾਂ ਨੂੰ ਟਿਕਟ ਦੇ ਰਹੇ ਨੇ, ਜਿੱਦਾਂ ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੀ ਉਹਨਾਂ ਨੇ BJP ਵਾਲਿਆਂ ਨੇ, ਉਹੀ ਕੰਮ ਉਸ ਵੇਲੇ ਇਹ ਕਰ ਰਹੇ ਸੀ। ਅਤੇ ਉਹਨਾਂ ਨੇ ਇਹ ਮੰਨ ਲਿਆ ਸੀ ਕਿ ਸਿੱਖ ਕੌਮ ਦੀ ਅਣਖ ਮਰ ਚੁੱਕੀ ਹੈ, ਇਹਨਾਂ ਦਾ ਅਸੀਂ 84 ਵੀ ਕਰ ਲਈ, ਅਸੀਂ ਸੱਜਣ ਕੁਮਾਰ ਟਾਈਟਲਰ ਨੂੰ ਟਿਕਟਾਂ ਵੀ ਦੇਵਾਂਗੇ, ਅਸੀਂ ਇਹਨਾਂ ਨੂੰ ਮੰਤਰੀ ਵੀ ਬਣਾਉਂਦੇ ਰਹਾਂਗੇ, ਅਤੇ ਕੁਝ ਨਹੀਂ ਕਰ ਸਕਦੇ। ਅਤੇ ਉੱਥੇ ਇੱਕ ਆਪਣੀ ਇਹ ਦਿਖਾਉਣਾ ਸੀ ਕਿ ਨਹੀਂ, ਸਾਡੀ ਅਜੇ ਜਿਹੜੀ ਇਹ ਜ਼ਮੀਰ ਮਰੀ ਨਹੀਂ ਹੈ, ਅਤੇ ਜੁੱਤੀਆਂ ਅਸੀਂ ਤੁਹਾਨੂੰ ਅਜੇ ਵੀ ਮਾਰ ਸਕਦੇ ਹਾਂ।
ਫਿਰ ਉਹ ਅਗਲੇ ਦਿਨ ਹੀ ਇਹਨਾਂ ਨੇ ਟਿਕਟਾਂ ਕੱਟ ਦਿੱਤੀਆਂ, ਮਾਫ਼ੀ ਮੰਗੀ ਉਸ ਗੱਲ ਤੋਂ। ਫਿਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਦੇਰ ਆਏ ਦਰੁਸਤ ਆਏ। ਉਹਦੇ ਬਾਅਦ ਹੀ ਜਿਹੜਾ ਕੇਸ ਸੱਜਣ ਕੁਮਾਰ ਦਾ ਬੰਦ ਕਰਤਾ ਸੀ ਉਹ ਇਹਨਾਂ ਨੂੰ ਖੋਲ੍ਹਣਾ ਪਿਆ। 2010 'ਚ ਚਾਰਜਸ਼ੀਟ ਦਾਖਲ ਹੋਈ, ਜਿਹਦੇ ਵਿੱਚ 2013 ਦੇ ਵਿੱਚ 6 ਬੰਦੇ ਜਿਹੜੇ ਐਕਿਊਜ਼ ਸੀ ਉਹਨਾਂ ਵਿੱਚੋਂ 5 ਨੂੰ ਸਜ਼ਾ ਹੋ ਗਈ ਸੀ, ਸੱਜਣ ਕੁਮਾਰ ਬਚ ਗਿਆ ਸੀ। ਫਿਰ ਉਸੇ ਕੇਸ ਨੂੰ ਅੱਗੇ ਹਾਈਕੋਰਟ ਦੇ ਵਿੱਚ ਚੈਲੰਜ ਕੀਤਾ, ਉਹ ਚੈਲੰਜ ਕਰਨ ਤੋਂ ਬਾਅਦ ਹੁਣ 2018 ਦੇ ਵਿੱਚ ਸੱਜਣ ਕੁਮਾਰ ਵੀ ਜੇਲ੍ਹ 'ਚ ਗਿਆ। ਜੇਕਰ ਉਹ ਪ੍ਰੋਟੈਸਟ ਨਾ ਕਰਦੇ ਤੇ ਉਹ ਚਾਰਜਸ਼ੀਟ ਦਾਖਲ ਨਹੀਂ ਸੀ ਹੋਣੀ, ਜਿਹੜੀ ਨਹੀਂ ਕੀਤੀ ਸੀ ਇਹਨਾਂ ਨੇ, ਕਈ ਸਾਲਾਂ ਤੱਕ ਨਹੀਂ ਕੀਤੀ ਸੀ, ਕੇਸ ਬੰਦ ਕਰਤਾ ਸੀ। ਫਿਰ ਉਹ ਕਲੀਨ ਚਿੱਟ ਟੁੱਟੀ ਟਾਈਟਲਰ ਦੀ, ਤੇ ਅੱਜ ਵੀ CBI 'ਚ ਕੇਸ ਚੱਲ ਰਿਹਾ। ਤੇ ਕਰਾਉਣ ਵਾਲਾ ਪਰਮਾਤਮਾ ਆਪ ਹੈ, ਕਰਨ ਵਾਲਾ ਕੋਈ ਕਿਸੇ ਦੀ ਇੰਨੀ ਜ਼ੋਰ ਨਹੀਂ ਕਿ ਉਹ ਕਰ ਸਕੇ। ਉਸ ਸਮੇਂ ਤੁਹਾਨੂੰ ਹੈ ਕਿ ਉਸ ਸਮੇਂ ਲੋਕ ਸਭਾ ਦਾ ਦੌਰ ਸੀਗਾ, ਤੁਹਾਨੂੰ ਵੀ ਕਈ ਪਾਰਟੀਆਂ ਤੋਂ ਜਿਹੜਾ ਹੈਗਾ ਟਿਕਟਾਂ ਦੀ ਔਫਰ ਹੋਈ ਸੀਗੀ, ਜਿੱਦਾਂ ਤੱਕ ਮੈਨੂੰ ਯਾਦ ਹੈ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਪੰਜਾਬ ਤੋਂ ਜਿਹੜੀ ਹੈਗੀ ਟਿਕਟ ਦੀ ਔਫਰ ਕਰ ਦਿੱਤੀ। ਦੇਖੋ ਉਸ ਵੇਲੇ ਕਈ ਔਫਰਸ ਹੋਈਆਂ ਸੀ, ਪਰ ਮੈਂ ਕੋਈ ਪ੍ਰੋਟੈਸਟ ਜਿਹੜਾ ਉਹ ਰਾਜਨੀਤੀ 'ਚ ਆਉਣ ਵਾਸਤੇ ਨਹੀਂ ਸੀ ਕੀਤਾ, ਤੇ ਇਸ ਕਰਕੇ ਮੈਂ ਸਾਰੀਆਂ ਪਾਰਟੀਆਂ ਨੂੰ ਮਨਾ ਕਰਤਾ ਸੀ। ਮੈਂ ਕਿਹਾ ਮੈਂ ਕੋਈ ਸਿਆਸਤ 'ਚ ਨਹੀਂ ਆਉਣਾ ਚਾਹੁੰਦਾ। ਮੈਂ ਉਹਦੇ ਬਾਅਦ ਆਪਣੀ ਕਿਤਾਬ ਲਿਖੀ, ਉਹਦੇ ਬਾਅਦ ਮੈਂ ਕਈ ਪ੍ਰੋਟੈਸਟ ਕੀਤੇ ਉਹਨੂੰ ਲੈ ਕੇ, ਫਿਰ ਆਪਾਂ ਕਈ ਲੈਕਚਰ ਕੀਤੇ ਦੁਨੀਆ 'ਚ, ਮੈਂ 450 ਲੈਕਚਰ 84 ਨੂੰ ਲੈ ਕੇ ਕੀਤੇ ਹੈ, ਤੇ ਉਹਦੇ ਉੱਤੇ ਮੇਰਾ ਉਹ ਧਿਆਨ ਸੀ। 2013 ਵਿੱਚ ਇਸੇ ਕਮਰੇ 'ਚ ਅਰਵਿੰਦ ਕੇਜਰੀਵਾਲ ਆਏ, ਕਹਿੰਦੇ ਤੁਸੀਂ ਸਾਡੀ ਪਾਰਟੀ 'ਚ ਆ ਜਾਓ, ਤੇ ਮੈਂ ਉਹਨਾਂ ਨੂੰ ਵੀ ਮਨਾ ਕਰਤਾ ਸੀ। ਪਰ ਜਦੋਂ ਉਹਨਾਂ ਦੀ ਸਰਕਾਰ ਬਣੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ 84 ਉੱਤੇ ਕੁਛ ਕਰੋ, ਜੇ ਤੁਸੀਂ ਸੰਜੀਦਾ ਹੋ ਤਾਂ ਹੁਣ ਤੁਹਾਡੀ ਟੈਸਟਿੰਗ ਕਰਦੇ ਹਾਂ। ਉਹਨਾਂ ਨੇ ਫਿਰ SIT ਬਣਾਉਣ ਵਾਸਤੇ ਕੈਬਨਿਟ ਨੇ ਫੈਸਲਾ ਕੀਤਾ। ਫਿਰ ਅਸੀਂ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਜਿਹੜੀ ਸੀ, ਜੇ ਦਿੱਲੀ ਦਾ ਮੁੱਖ ਮੰਤਰੀ ਰਾਸ਼ਟਰਪਤੀ ਨੂੰ ਚਿੱਠੀ ਲਿਖੇਗਾ ਕਿ ਵੀ ਉਹ ਉਹਨੂੰ ਤੋੜ ਕੇ ਉਮਰ ਕੈਦ ਕੀਤਾ ਜਾਏ ਤਾਂ ਉਹ ਮੰਨਣਗੇ, ਤੁਸੀਂ ਚਿੱਠੀ ਲਿਖੋ। ਉਹਨੇ ਸਾਡੇ ਕਹਿਣ ਦੇ ਵਿੱਚ ਚਿੱਠੀ ਵੀ ਲਿਖੀ। ਜਦੋਂ ਇਹ ਦੋ ਗੱਲਾਂ ਦੇਖੀਆਂ ਕਿ ਸਾਡੀ ਗੱਲ ਮੰਨ ਰਿਹਾ, ਫਿਰ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਮੰਨ ਕੇ ਤੇ 2014 ਦੇ ਵਿੱਚ ਲੋਕ ਸਭਾ ਇਲੈਕਸ਼ਨ ਲੜੀ, ਜਿਹਦੇ ਵਿੱਚ ਮੈਨੂੰ ਕੋਈ 4.5 ਲੱਖ ਵੋਟ ਮਿਲੀ, ਕਿਉਂਕਿ 91,000 ਵੋਟ ਜਿਹੜੀ ਮੇਰੀ ਹੈ ਉਹ ਦੋ ਨਕਲੀ ਜਰਨੈਲ ਸਿੰਘ ਮੇਰੇ ਨਾਂ 'ਤੇ ਖੜੇ ਕਰਤੇ ਸੀ, ਜਿਹੜੇ 91,000 ਵੋਟ ਲੈ ਗਏ। ਉਹ ਕੰਮ ਵੀ ਅਕਾਲੀਆਂ ਨੇ ਕਰਾਇਆ ਸੀ ਉਦੋਂ, ਜਿਹੜੇ ਖੜੇ ਕਰਾਏ ਸੀ। ਬਾਅਦ 'ਚੋਂ 2015 'ਚ ਵੀ ਉਹਨਾਂ ਨੂੰ ਦੋਨਾਂ ਨੂੰ ਖੜਾ ਕਰਾਇਆ ਸੀ ਉਹਨਾਂ ਨੇ, ਜਦੋਂ ਮੈਂ ਰਜੌਰੀ ਕੱਢਣ ਦੀ ਵਿਧਾਨ ਸਭਾ ਲੜੀ, ਪਰ ਉਹਨਾਂ ਨੂੰ ਉਸ ਵੇਲੇ ਫਿਰ ਸਿਰਫ 500 ਵੋਟ ਹੀ ਪਈ ਤੇ ਉਹ ਹਾਰ ਗਏ। ਲੋਕਾਂ ਨੂੰ ਪਤਾ ਲੱਗ ਗਿਆ ਕਿ ਵੀ ਇਹ ਧੋਖਾ ਹੋ ਰਿਹਾ। ਫਿਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਕੀਤੀ ਸੀ ਕਿ ਬਈ ਇਹ ਜੋ ਹੈ, ਜਦੋਂ ਵੋਟ ਪਾਉਣ ਜਾਂਦੇ ਹਾਂ ਤੇ ਸਾਡੀ ਫੋਟੋ ਚੈੱਕ ਹੁੰਦੀ ਹੈ, ਮੇਰਾ ਫੋਟੋ ਆਇਡੈਂਟੀ ਕਾਰਡ ਚੈੱਕ ਹੁੰਦਾ, ਪਰ ਜਿਹਦੇ ਜਿਹਨੂੰ ਵੋਟ ਪਾ ਰਹੇ ਉਹਦਾ ਨਾਂ ਹੀ ਨਹੀਂ, ਉਹਦੀ ਫੋਟੋ ਹੀ ਨਹੀਂ ਹੁੰਦੀ ਉੱਥੇ। ਜੇ 4 ਬੰਦੇ ਇੱਕੋ ਨਾਂ ਵਾਲੇ ਉਹਨਾਂ ਨੇ ਖੜਾ ਕਰਤੇ, ਪਤਾ ਕਿੱਦਾਂ ਲੱਗੇਗਾ? ਤੇ ਇਸ ਵਾਰੀ ਫਿਰ ਇਲੈਕਸ਼ਨ ਕਮਿਸ਼ਨ ਨੇ ਜਿਹਨੂੰ ਵੋਟ ਪਾਉਣ ਜਾਓਗੇ ਉਹਦੀ ਫੋਟੋ ਵੀ ਲੱਗੀ ਹੋਏਗੀ, ਕਿ ਜੇ 4 ਜਰਨੈਲ ਸਿੰਘ ਖੜੇ ਕਰਦੇ ਤੇ ਜਿਹੜਾ ਆਮ ਤੌਰ ਤੇ ਗਲਤੀ ਕਰ ਜਾਏਗਾ ਬੰਦਾ, ਕਿਹੜਾ ਜਰਨੈਲ ਸਿੰਘ? ਤੇ ਕਦੇ ਕਦੇ ਨਹੀਂ ਨਾ ਨਿਸ਼ਾਨ ਦੇਖਦੇ ਹੁੰਦੇ ਲੋਕ, ਤੇ ਇਹ ਗਲਤੀ ਹੋਈ। 91,000 ਵੋਟ ਉਧਰ ਨੂੰ ਚਲੀ ਗਈ ਸੀ, ਤੇ ਉਹ ਉਸ ਤਰ੍ਹਾਂ ਦੇ ਨਾਲ ਹੋਇਆ, ਤੇ ਹੁਣ ਚਲੋ ਇਹਨਾਂ ਨੇ ਚੰਗਾ ਹੈ ਕਿ ਇਸ ਨੂੰ ਸੁਧਾਰ ਕਰ ਲਿਆ। ਠੀਕ ਹੈ, ਅੱਗੇ ਅਸੀਂ ਚੱਲਦੇ ਹੈਗੇ ਆ। ਅੱਜ ਦਾ ਜਿਹੜਾ ਚੁਣਾਵੀ ਜੋ ਮੌਸਮ ਚੱਲਦੇ ਹੈਗਾ, ਲੋਕ ਸਭਾ ਦਾ ਜੋ ਇਸ ਟਾਈਮ ਬਿਲਕੁਲ ਜ਼ੋਰਾਂ ਦੇ ਵਿੱਚ ਹੈਗਾ, ਹੋਰ ਕਈ ਸਟੇਟਾਂ ਦੇ ਵਿੱਚ ਇਲੈਕਸ਼ਨ ਸ਼ੁਰੂ ਹੋ ਚੁੱਕੀ ਹੈਗੀ ਹੈ, ਸ਼ਾਇਦ ਦੂਸਰੇ ਚਰਨ ਦੀ ਵੀ ਜਿਹੜੀ ਹੈਗੀ ਵੋਟਿੰਗ ਹੋ ਚੁੱਕੀ ਹੈਗੀ ਆ, ਲਗਾਤਾਰ ਦਿੱਲੀ ਦੇ ਵਿੱਚ ਹਜੇ ਹੋਣੀ ਹੈਗੀ ਆ। ਇੱਕ ਗੱਲ ਚੱਲ ਰਹੀ ਕਿ ਗਠਬੰਧਨ ਹੋਏਗਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦੇ ਨਾਲ, ਹੋਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਸਾਰੀ ਜੋ ਕਿ ਟਵੀਟਸ ਜਾਂ ਟਵਿੱਟਰ ਜਾਂ ਫੇਸਬੁੱਕ ਤੁਸੀਂ ਚੈੱਕ ਕਰ ਲਓ, ਇਹ ਜੋ ਪੇਸ਼ਕਸ਼, ਹਰ ਕਿਸੇ ਨੂੰ ਇਹ ਪਤਾ ਲੱਗ ਰਿਹਾ ਕਿ ਜਿਹੜੀ ਇਹ ਪੇਸ਼ਕਸ਼ ਜੋ ਪਹਿਲ ਕੀਤੀ ਜਾ ਰਹੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਕਾਂਗਰਸ ਦੇ ਨਾਲ ਗਠਬੰਧਨ ਦੀ, ਭਾਵੇਂ ਉਹ 4-3 ਦਾ ਆਂਕੜਾ ਹੋਵੇ, ਭਾਵੇਂ ਉਹ 5-2 ਦਾ ਆਂਕੜਾ ਹੋਵੇ, ਉਹ ਜਿਸ ਵੀ ਫਾਰਮੂਲੇ ਦੇ ਨਾਲ ਹੋਵੇ ਉਹ ਅਲੱਗ ਚੀਜ਼ ਹੈ। ਪਰ ਮੈਂ ਜਾਣਨਾ ਚਾਹਾਂਗਾ ਕਿ ਉਹ ਗਠਬੰਧਨ ਜਿਹੜਾ ਤੁਸੀਂ ਕਰ ਰਹੇ ਹੈਗੇ ਹੋ, ਉਹ ਕਿਸ ਤਰੀਕੇ ਕਾਂਗਰਸ ਦੇ ਨਾਲ ਹੋ ਸਕਦਾ? ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਤੁਹਾਨੂੰ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਿਆ, ਤੁਹਾਡੀ ਕੋਈ ਇਜਾਜ਼ਤ ਨਹੀਂ ਲਈ, ਕਿਉਂਕਿ ਤੁਸੀਂ ਆਲਰੇਡੀ ਜਿਹੜਾ ਹੈਗਾ ਕਾਂਗਰਸ ਦੇ 2 MP ਦੀ ਜਿਹੜੀ ਹੈਗੀ ਟਿਕਟ ਕਟਾਈ ਸੀਗੀ, ਐਡਾ ਵੱਡਾ ਤੁਹਾਡਾ ਹੁਣ ਤੱਕ ਦਾ ਆਪਾਂ ਕਹਿ ਦਈਏ ਕਿ ਪੂਰੀ ਤੁਸੀਂ ਜ਼ਿੰਦਗੀ ਗਾਲ ਦਿੱਤੀ ਇਸ ਦੇ ਵਿੱਚ ਕਿ ਕਾਂਗਰਸ ਨੂੰ ਦੋਸ਼ੀ ਸਾਬਤ ਕਰਨ ਦੇ ਵਿੱਚ, ਔਰ ਅੱਜ ਤੁਹਾਡੀ ਪਾਰਟੀ ਜਿਹੜੀ ਹੈਗੀ ਕਾਂਗਰਸ ਦੇ ਨਾਲ ਗਠਬੰਧਨ ਕਰਨ ਵਾਸਤੇ ਆਪ ਪਹਿਲ ਕਰਦੀ ਪਈ ਹੈ? ਇਹਦੇ 'ਚ 2 ਗੱਲਾਂ ਹੈ। ਪਹਿਲੀ ਗੱਲ ਤਾਂ ਇਹ ਕਿ ਮੇਰੇ ਨਾਲ ਇਹਦੇ ਬਾਰੇ ਕੋਈ ਸਲਾਹ ਨਹੀਂ ਹੋਈ, ਭਾਵੇਂ ਉਹਨਾਂ ਨੇ ਸਲਾਹ ਨਹੀਂ ਕੀਤੀ,
ਪਰ ਮੈਂ ਆਪਣੀ ਸਲਾਹ ਉਹਨਾਂ ਨੂੰ ਬਹੁਤ ਕਲੀਅਰ ਦੇ ਦਿੱਤੀ ਹੈ। ਪਰ ਤੁਸੀਂ ਸਲਾਹ ਕਿਉਂ ਨਹੀਂ, ਤੁਸੀਂ ਇੱਕ ਸੀਨੀਅਰ ਲੀਡਰ, ਮੈਂ ਸਲਾਹ ਦੇ ਚੁੱਕਾ ਪਾਰਟੀ ਦਾ, ਮੈਂ ਆਪਣੀ ਸਲਾਹ ਦੇ ਤੁਹਾਨੂੰ ਇੱਕ ਬਹੁਤ ਵੱਡੀ ਤੁਹਾਡੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਜੋ ਤੁਹਾਡੀ ਕੁਰਬਾਨੀ ਹੈਗੀ ਆਮ ਆਦਮੀ ਪਾਰਟੀ ਵਾਸਤੇ, ਉਹਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਜਿਹੜਾ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੀ ਆਮ ਆਦਮੀ ਪਾਰਟੀ ਦੀ, ਤੁਸੀਂ ਆਪਣੀ MLA ਦੀ, ਤੁਸੀਂ ਸੀਟ ਰਜੌਰੀ ਗਾਰਡਨ ਦੀ ਛੱਡ ਕੇ ਕੁਰਬਾਨ ਕਰਕੇ ਪੰਜਾਬ ਦੇ ਵਿੱਚ ਤੁਸੀਂ ਇੱਕ ਬੜੀ ਟਫ, ਸਭ ਤੋਂ ਟਫ ਜਿਹੜੀ ਸੀਟ ਸੀਗੀ, ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਦੇ ਖਿਲਾਫ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜੇ ਸੀਗੇ, ਔਰ ਜਿੱਧਰ ਤੱਕ ਮੈਨੂੰ ਪਤਾ ਕਿ ਤੁਹਾਨੂੰ ਭਾਵੇਂ ਅੰਦਰੋਂ ਅੰਦਰੋਂ ਪਤਾ ਜ਼ਰੂਰ ਸੀਗਾ ਕਿ ਸ਼ਾਇਦ 100% ਜਿਹੜੀ ਹੈਗੀ ਆਰ ਪਾਰ ਦੀ ਗੇਮ ਤਾਂ ਹੈਗੀ ਹੈ, ਕਿ ਜਾਂ ਤੇ ਜੇ ਕਿ ਗੁੱਡੀ ਚੜ ਜਾਏਗੀ ਜਾਂ ਸ਼ਾਇਦ ਮਤਲਬ ਤੁਹਾਨੂੰ ਪਤਾ ਜ਼ਰੂਰ ਹੋਏਗਾ ਕਿ ਉਹ ਤੇ ਕੁਰਬਾਨੀ ਰਹੀ ਹੈ ਮੇਰੀ। ਨਹੀਂ, ਉੱਥੇ ਆਪਾਂ ਕੋਈ ਗੁੱਡੀ ਚੜਾਉਣ ਨਹੀਂ ਗਏ ਸੀ। ਜਦੋਂ ਪੰਜਾਬ ਦੇ ਵਿੱਚ ਨਸ਼ਿਆਂ 'ਚ ਬੱਚਿਆਂ ਨੂੰ ਮਰਦੇ ਵੇਖਿਆ, ਜਦੋਂ ਕਰਜ਼ਾ ਸਿਰ ਤੇ ਚੜਿਆ ਵੇਖਿਆ, ਜਦੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਦੇ ਵੇਖਿਆ, ਜਦੋਂ ਉੱਥੇ ਭ੍ਰਿਸ਼ਟਾਚਾਰ ਦਾ ਆਲਮ ਦੇਖਿਆ, ਤੇ ਫਿਰ ਇਹ ਮਨ ਨੇ ਕਿਹਾ ਕਿ ਸਿਆਸਤ 'ਚ ਅਸੀਂ ਕੋਈ ਇੱਥੇ ਪੈਨਸ਼ਨਾਂ ਲਵਾਉਣ ਜਾਂ ਕੋਈ ਆਪਣੀਆਂ ਸੈਲਰੀਆਂ ਲੈਣ ਨਹੀਂ ਆਏ, ਜੇ ਇਹ ਮੌਕਾ ਹੈ। ਮੈਂ ਉਦੋਂ ਆਪਣੀ ਪੱਤਰਕਾਰਤਾ ਦੇ ਕੈਰੀਅਰ ਦੀ ਵੀ ਪਰਵਾਹ ਨਹੀਂ ਕੀਤੀ ਸੀ, ਤੇ ਉਦੋਂ ਫਿਰ ਮੈਂ ਆਪਣੇ MLAship ਦੀ ਪਰਵਾਹ ਨਹੀਂ ਕੀਤੀ ਤੇ ਉੱਥੇ ਲੜਿਆ ਸੀ। ਦੂਜੀ ਗੱਲ ਮੈਂ ਫਿਰ ਕਹਿ ਦਿੰਦਾ ਕਿ ਇਹ ਜਿਹੜਾ ਗਠਬੰਧਨ ਦੀ ਗੱਲ ਚੱਲ ਰਹੀ ਹੈ, ਇਹਦੇ ਬਾਰੇ ਮੇਰੇ ਨਾਲ ਕੋਈ ਸਲਾਹ ਨਹੀਂ ਹੋਈ, ਪਰ ਮੈਂ ਆਪਣੀ ਸਲਾਹ ਦੇ ਦਿੱਤੀ ਪਾਰਟੀ। ਤੁਸੀਂ ਕੀ ਸਲਾਹ? ਮੈਂ ਉਹਨਾਂ ਨੂੰ ਪਾਰਟੀ ਨੂੰ ਸਾਫ ਸਲਾਹ ਦੇ ਦਿੱਤੀ ਹੈ ਕਿ 1984 ਦੇ ਕਤਲੇਆਮ ਦਾ ਜਿਹੜਾ ਕਲੰਕ ਹੈ ਉਹ ਕਾਂਗਰਸ ਦੇ ਮੱਥੇ ਤੋਂ ਨਹੀਂ ਲੈ ਸਕਦਾ, ਤੇ 1984 ਦੇ ਜਿਹੜੇ ਕਾਤਲ ਨੇ ਸੱਜਣ ਕੁਮਾਰ ਤੇ ਟਾਈਟਲਰ, ਇਹ ਕਾਂਗਰਸ ਪਾਰਟੀ ਵਿੱਚ ਸੀਗੇ, ਤੇ ਜਦੋਂ ਹੁਣ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਤਾਂ ਕਾਂਗਰਸ ਪਾਰਟੀ 'ਚੋਂ ਉਹਨੂੰ ਕੱਢਿਆ, ਪਰ ਟਾਈਟਲਰ ਅਜੇ ਵੀ ਕਾਂਗਰਸ ਪਾਰਟੀ ਦਾ ਹਿੱਸਾ ਹੈ। ਦੂਜੀ ਗੱਲ, ਰਾਹੁਲ ਗਾਂਧੀ 84 ਦੇ ਕਤਲੇਆਮ ਨਸਲਕੁਸ਼ੀ ਨੂੰ ਗਲਤੀ ਮੰਨ ਕੇ ਮਾਫ਼ੀ ਮੰਗਣ ਦੀ ਬਜਾਏ ਕਹਿੰਦਾ ਹੈ ਕਿ ਉਹ ਕਾਂਗਰਸ ਦਾ ਉਹਦੇ 'ਚ ਕੋਈ ਰੋਲ ਨਹੀਂ ਸੀ, ਇਹ ਤੋਂ ਸਾਫ਼ ਹੁੰਦਾ ਹੈ ਕਿ ਇਹ ਕਾਂਗਰਸ ਜਿਹੜੀ ਹੈ ਇਹ ਮੁਖੌਟਾ ਪਾਇਆ ਹੋਇਆ, ਉਹਨੂੰ ਕੋਈ ਗਲਤੀ ਦਾ ਅਹਿਸਾਸ ਨਹੀਂ ਹੈ, ਤੇ ਜਦ ਤੱਕ ਉਹ ਟਾਈਟਲਰ ਨੂੰ ਪਾਰਟੀ 'ਚੋਂ ਬਾਹਰ ਨਹੀਂ ਕੱਢਦੇ, ਜਦ ਤੱਕ ਉਹ ਗਲਤੀ ਮੰਨ ਕੇ ਮਾਫ਼ੀ ਨਹੀਂ ਮੰਗਦੇ, ਤਦ ਤੱਕ ਘੱਟੋ ਘੱਟ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਜੇ ਕੋਈ ਸਮਝੌਤਾ ਇਸ ਤਰ੍ਹਾਂ ਗਠਬੰਧਨ ਹੁੰਦਾ ਹੈ ਤੇ ਮੈਂ ਉਹਦੇ ਵਿੱਚ ਸਪੋਰਟ ਨਹੀਂ ਕਰ ਸਕਦਾ, ਮੈਂ ਉਹਦੇ ਨਾਲ ਨਹੀਂ ਹੋ ਸਕਦਾ। ਇਹ ਤੁਸੀਂ ਕਲੀਅਰ? ਮੈਂ ਉਹਦੇ 'ਚ ਬਿਲਕੁਲ ਕਲੀਅਰ ਕਰ ਦਿੱਤਾ, ਤੇ ਪਾਰਟੀ ਪ੍ਰਧਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਮੈਂ ਇਹ ਇਨਫੋਰਮੇਸ਼ਨ ਉਹਨੂੰ ਪਹੁੰਚਾ ਦਿੱਤੀ ਔਰ ਕਲੀਅਰ। ਕੋਈ ਰਿਐਕਸ਼ਨ ਆਇਆ ਉਹਨਾਂ ਵੱਲੋਂ? ਮੈਨੂੰ ਲੱਗਦਾ ਕਿ ਅਜੇ ਮੈਨੂੰ ਨਹੀਂ ਲੱਗਦਾ ਕਿ ਇਹ ਗਠਬੰਧਨ ਹੋਣ ਜਾ ਰਿਹਾ। ਮੈਨੂੰ ਦੇਖੋ, ਮੇਰੀ ਗੱਲ ਸੁਣੋ, ਜੋ ਗਠਬੰਧਨ ਦੀ ਜ਼ਿੰਮੇਵਾਰੀ ਜਿੱਦਾਂ ਤੱਕ ਮੈਂ ਜਾਣਦਾ ਕਿ ਸੰਜੇ ਸਿੰਘ ਨੂੰ ਦਿੱਤੀ ਗਈ ਹੈਗੀ ਆ, ਔਰ ਸੰਜੇ ਸਿੰਘ ਦੇ ਪੰਜਾਬ ਦੇ ਪ੍ਰਭਾਰੀ ਵੀ ਰਹਿ ਚੁੱਕੇ ਆ। ਇਹਦੇ ਵਿੱਚ ਦੇਖੋ ਕਾਫੀ ਕੁਝ ਜਿਹੜਾ ਹੁੰਦਾ ਉੱਪਰ ਦਿਸਣ ਨੂੰ ਕੁਝ ਹੁੰਦਾ, ਮੈਂ ਉਹਦੇ 'ਚ ਕਹਿਣਾ ਨਹੀਂ ਚਾਹੁੰਦਾ। ਕਦੇ ਕਦੇ ਹੁੰਦਾ ਪਾਰਟੀ ਦੀ ਰਣਨੀਤੀ ਹੁੰਦੀ, ਜਿਸ ਦਿਨ ਇਹੋ ਜਿਹਾ ਕੁਝ ਹੋਏਗਾ ਮੈਂ ਆਪਣਾ ਜਿਹੜਾ ਸਟੈਂਡ ਕਲੀਅਰ ਕੀਤਾ ਹੋਇਆ, ਮੈਂ ਉਹਦੇ ਉੱਤੇ ਜਿਹੜਾ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਉਚਿਤ ਨਿਰਣਾ ਆਪਣਾ ਫੈਸਲਾ ਸੁਣਾ ਦਿਆਂਗਾ। ਜਰਨੈਲ ਸਿੰਘ ਜੀ, ਦੋ ਗੱਲਾਂ ਨੇ, ਇੱਕ ਤੇ ਹੈ ਨਾ ਕਿ ਵੀ, ਹਾਂ ਇਹ ਗੱਲ ਮੈਂ ਇੱਕ ਗੱਲ ਜ਼ਰੂਰ ਜੋੜਨੀ ਚਾਹੁੰਦਾ ਕਿ ਜੋ ਕੰਮ ਉਸ ਵੇਲੇ ਇੰਦਰਾ ਗਾਂਧੀ ਕਰਦੀ ਸੀ, ਜੋ ਰਾਜਨੀਤੀ ਸਿਆਸਤ ਇੰਦਰਾ ਗਾਂਧੀ ਖੇਲ ਰਹੀ ਸੀ, ਅੱਜ ਉਹੀ ਸਿਆਸਤ BJP ਕਰ ਰਹੀ ਹੈ, ਅੱਜ ਉਹੀ ਲਾਈਨ ਦੇ ਉੱਤੇ ਮੋਦੀ ਚੱਲ ਰਿਹਾ, ਜਿਹਦੇ ਵਿੱਚ ਪਾੜੋ ਤੇ ਰਾਜ ਕਰੋ, ਮਾਈਨੋਰਟੀਜ਼ ਨੂੰ ਅਟੈਕ ਕਰੋ, ਦੂਜਿਆਂ ਨੂੰ ਅੱਤਵਾਦੀ ਦੱਸੋ ਤੇ ਆਪਣੇ ਭਾਵੇਂ ਅੱਤਵਾਦੀ ਹੋਣ ਤੇ ਉਹਨਾਂ ਨੂੰ ਬਿਠਾ ਕੇ, ਜਿੱਦਾਂ ਸਾਧਵੀ ਪ੍ਰਗਿਆ, ਸੀਮਾਨੰਦ, ਕਰਨਲ ਪੁਰੋਹਿਤ, ਇਹਨਾਂ ਨੂੰ ਮਾਲੇਗਾਓਂ ਵਾਲਾ ਸਮਝੌਤਾ ਬਲਾਸਟ, ਜਿਹੜਾ ਮੱਕਾ ਮਸਜਿਦ ਜਿਹੜਾ ਬਲਾਸਟ ਹੈ ਉਹਦੇ ਵਿੱਚ ਇਹ ਲੋਕ ਆਰੋਪੀ ਨੇ, ਉਹਨਾਂ ਨੂੰ ਬਚਾਓ, ਤੇ ਉਹਨਾਂ ਨੂੰ ਫਿਰ ਹੁਣ ਭੋਪਾਲ ਤੋਂ ਟਿਕਟ ਵੀ ਦੇ ਰਿਹਾ। ਤੇ ਜੋ ਰਣਨੀਤੀ ਔਰ ਜੋ ਕੰਮ ਇੰਦਰਾ ਗਾਂਧੀ ਕਰ ਰਹੀ ਸੀ, ਜੋ ਗਲਤੀਆਂ ਮੈਂ ਕਹਾਂਗਾ, ਉਹ ਇਸ ਵੇਲੇ ਮੋਦੀ ਕਰ ਰਿਹਾ। ਇਸ ਕਰਕੇ ਉਸ ਲਿਹਾਜ਼ ਨਾਲ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਸੰਸਥਾਵਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸਾਰੀਆਂ, ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ, ਭਾਵੇਂ ਸੁਪਰੀਮ ਕੋਰਟ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੋਵੇ, ਭਾਵੇਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਭਾਵੇਂ ਉਹ CBI ਹੋਵੇ, ਭਾਵੇਂ ਉਹ ਇਨਕਮ ਟੈਕਸ ਡਿਪਾਰਟਮੈਂਟ ਹੋਵੇ, ਸਾਰੇ ਡਿਪਾਰਟਮੈਂਟਸ ਤੋਂ ਲਾਇਆ ਹੋਇਆ ਇੰਟੈਲੀਜੈਂਸ ਹੈ ਦੂਜਿਆਂ ਦੇ ਪਿੱਛੇ ਲਾਈ, ਉਹ ਸਾਰਾ ਕੰਮ ਜੋ ਇੰਦਰਾ ਗਾਂਧੀ ਕਰਦੀ ਸੀ ਉਹ ਮੋਦੀ ਕਰ ਰਿਹਾ। ਇਸ ਕਰਕੇ ਬੜਾ ਵੱਡਾ ਖਤਰਾ ਜ਼ਰੂਰ ਹੈ, ਇਸ ਖਤਰੇ ਨੂੰ ਫਿਰਕਾ ਪ੍ਰਸਤੀ ਦੀ ਰਾਜਨੀਤੀ ਨੂੰ ਰੋਕਣ ਦੀ ਲੋੜ ਹੈ, ਪਰ ਕਾਂਗਰਸ ਵੀ ਕੋਈ ਦੁੱਧ ਦੀ ਧੁੱਲੀ ਹੋਈ ਨਹੀਂ ਹੈ, ਤੇ ਕਾਂਗਰਸ ਨੇ ਵੀ ਜਿਹੜੀਆਂ ਗਲਤੀਆਂ ਕੀਤੀਆਂ ਨੇ, ਜਾਂ ਤੇ ਇਹਨਾਂ ਨੂੰ ਇਹ ਟਾਈਟਲਰ ਵਰਗਿਆਂ ਨੂੰ ਬਾਹਰ ਕੱਢੇ ਤੇ ਆਪ ਜਿਹੜਾ ਸਾਫ਼ ਸੁਥਰੀ ਆਪਣੀ ਮਾਫ਼ੀ ਮੰਗ ਕੇ ਫਿਰ ਸਾਹਮਣੇ ਆਵੇ ਤਾਂ ਵਿਚਾਰ ਕੀਤਾ ਜਾ ਸਕਦਾ, ਉਹਦੇ ਇਲਾਵਾ ਵਿਚਾਰ ਨਹੀਂ ਕੀਤਾ ਜਾ ਸਕਦਾ। ਨਹੀਂ ਦੇਖੋ, ਦੋ ਗੱਲਾਂ ਨੇ, ਮੈਂ ਜੋ ਕਰਨਾ ਚਾਹੁੰਦਾ ਕਿ ਬਈ ਇੱਥੇ ਤਾਂ ਤੁਸੀਂ ਗਠਬੰਧਨ ਮੰਗ ਰਹੇ ਹੋ ਕਾਂਗਰਸ ਦੇ ਨਾਲ, ਪਰ ਪੰਜਾਬ ਦੇ ਵਿੱਚ ਤੁਸੀਂ ਓਪੋਜੀਸ਼ਨ ਦੇ ਵਿੱਚ ਹੈਗੇ ਹੋ, ਜਾਂ ਤਾਂ ਫਿਰ ਤੁਸੀਂ ਗਠਬੰਧਨ ਮੰਗ ਰਹੇ ਹੋ, ਤੇ ਤੁਸੀਂ ਕਿਸ ਬਿਹਾਫ ਤੇ ਮੰਗ ਰਹੇ ਹੋ? ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਨੂੰ ਗਾਲਾਂ ਕੱਢਦੇ ਹੋ,
ਕਿ ਵੀ ਕੈਪਟਨ ਨੇ ਇਹ ਕੀਤਾ, ਕੈਪਟਨ ਨੇ ਉਹ ਕੀਤਾ, ਉੱਥੇ ਵਿਰੋਧ ਕਰਦੇ ਹੋ, ਇੱਥੇ ਤੁਸੀਂ ਗਠਬੰਧਨ ਮੰਗ ਰਹੇ ਹੋ, ਏਜੰਡਾ ਚਲੋ ਭਾਵੇਂ ਕਲੀਅਰ ਹੋ, ਕਹਿੰਦੇ ਕਿ ਅਗਰ ਬੀਜੇਪੀ ਕਿਉਂ ਹਰਾਉਣਾ ਤੋਂ, ਕਿਉਂ ਆਮ ਆਦਮੀ ਪਾਰਟੀ ਨੂੰ ਕੌਨਫੀਡੈਂਸ ਕਿਉਂ ਨਹੀਂ ਹੈਗਾ ਆਪਣੇ ਐਮਐਲਏ? ਮੈਨੂੰ ਲੱਗਦਾ ਨਹੀਂ ਉਹ ਮੰਨਦੀ ਹੈ ਕਿ ਆਮ ਆਦਮੀ ਪਾਰਟੀ ਮੰਨਦੀ ਹੈਗੀ ਆ ਕਿ ਵੀ ਬੀਜੇਪੀ ਜਿਹੜੀ ਹੈਗੀ ਇਸ ਟਾਈਮ ਦਿੱਲੀ ਜ਼ਿਆਦਾ ਸਟਰੋਂਗ ਹੈਗੀ। ਮੈਂ ਤੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਹੀ ਚੰਗਾ ਮੰਨਦਾ ਕਿ ਉਸਨੇ ਉਸ ਦਿੱਲੀ ਦੇ ਵਿੱਚ ਕਾਂਗਰਸ ਨੂੰ ਜ਼ੀਰੋ ਤੇ ਲਿਆ ਦਿੱਤਾ ਜਿਸ ਦੇ ਵਿੱਚ ਉਸਨੇ ਇੰਨਾ ਵੱਡਾ ਕਤਲੇਆਮ ਕੀਤਾ ਸੀ। ਔਰ ਇਹ ਗੱਲ ਮੈਂ ਆਪਣੀ ਜਦੋਂ 84 ਦੇ ਕਤਲੇਆਮ ਦੇ ਖਿਲਾਫ ਆਪਣਾ ਰੈਜ਼ੋਲੂਸ਼ਨ ਪਾਸ ਕਰਾਇਆ 30 ਜੂਨ 2015 ਨੂੰ ਤੇ ਮੈਂ ਫਲੋਰ ਦੇ ਉੱਤੇ ਕਹੀ ਵੀ ਹੈ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਜਿਸ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸੀ, ਅੱਜ ਜਦੋਂ ਮੈਂ ਇਹ ਰੈਜ਼ੋਲੂਸ਼ਨ ਰੱਖ ਰਿਹਾ ਤੇ ਇਸ ਵਿਧਾਨ ਸਭਾ 'ਚ ਅੱਜ ਕਾਂਗਰਸ ਦਾ ਇੱਕ ਵੀ ਐਮਐਲਏ ਨਹੀਂ ਹੈ। ਕਾਂਗਰਸ ਡੈਸੀਮੇਟ ਕਰ ਦਿੱਤੀ ਹੈ ਦਿੱਲੀ ਦੇ ਅੰਦਰ, ਉਹ ਕੁਝ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੀਦਾ, ਖਾਸ ਕਰ ਜਦੋਂ ਅੱਗੇ 2020 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਇਸ ਕਰਕੇ ਉਹਨੂੰ ਇੱਥੇ ਦਿੱਲੀ ਵਿੱਚ ਜਿਉਂਦਾ ਕਿਸੇ ਵੀ ਢੰਗ ਨਾਲ ਕਰਨਾ ਨਹੀਂ ਚਾਹੀਦਾ, ਇਹ ਸਿਆਸਤ ਵੀ ਕਹਿੰਦੀ ਹੈ ਬਿਲਕੁਲ। ਕਿਉਂਕਿ ਅੱਜ ਤੁਸੀਂ ਇਸ ਕਰਕੇ ਮੈਂ ਫਿਰ ਸਭ ਕਹਿ ਰਿਹਾ, ਮੈਨੂੰ ਉਹਦੇ 'ਚ ਕਹਿਣ 'ਚ ਕੋਈ ਗੁਰੇਜ ਨਹੀਂ ਹੈ ਕਿ ਇਹ ਸਟੈਪ ਜਿਹੜਾ ਇਹ ਗਲਤ ਹੈ, ਪਰ ਮੈਂ ਆਪ ਇਕੱਲਾ ਆਮ ਆਦਮੀ ਪਾਰਟੀ ਨਹੀਂ ਹਾਂ, ਲੇਕਿਨ ਮੇਰੀ ਰਾਏ ਉਹ ਮੈਂ ਸਪਸ਼ਟ ਕਰ ਦਿੱਤੀ ਹੈ ਤੇ ਜੇ ਕੋਈ ਸਮਝੌਤਾ ਹੁੰਦਾ ਆ ਤੇ ਮੈਂ ਉਸ ਸਮਝੌਤੇ ਦੇ ਵਿੱਚ ਪਾਰਟ ਨਹੀਂ ਬਣਾਂਗਾ, ਮੈਂ ਉਹਦਾ ਕੋਈ ਸਪੋਰਟ ਨਹੀਂ ਕਰਾਂਗਾ। ਕਿਉਂਕਿ ਦੇਖੋ ਜਰਨੈਲ ਜੀ, ਗੱਲ ਪਤਾ ਕੀ, ਗੱਲ ਸਿੱਧੀ ਸਿੱਧੀ, ਅੱਜ ਤੁਸੀਂ ਕਾਂਗਰਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਚੱਲੇਗੀ, ਵੋਟਾਂ ਮੰਗੇਗੀ, ਠੀਕ ਹੈ, ਏਜੰਡਾ ਕਲੀਅਰ ਹੈ ਕਿ ਬਈ ਤੁਸੀਂ ਜਿਹੜਾ ਹੈਗਾ ਕਿ ਬੀਜੇਪੀ ਨੂੰ ਹਰਾਉਣਾ ਚਾਹੁੰਦੇ ਹੋ ਤੇ ਇੱਕ ਵੱਡੀ ਪਾਰਟੀ ਨੂੰ ਹਰਾਉਣ ਵਾਸਤੇ ਜਿਹੜਾ ਹੈਗਾ ਦੋ ਪਾਰਟੀਆਂ ਯੂਨਾਈਟ ਹੁੰਦੀਆਂ, ਠੀਕ ਹੈ, ਪਰ ਕੱਲ ਨੂੰ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣਗੀਆਂ ਤੇ ਕੀ ਮੂੰਹ ਲੈ ਕੇ ਕਾਂਗਰਸ ਲੋਕਾਂ ਦੇ ਵਿੱਚ ਜਾਏਗੀ ਤੇ ਕੀ ਮੂੰਹ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾਏਗੀ? ਇਹ ਇੱਕ ਹਾਸੋ ਜਿਹੀ ਸਿਚੁਏਸ਼ਨ ਜਿਹੜੀ ਹੈਗੀ ਉਸ ਸਮੇਂ ਬਣ ਜਾਏਗੀ। ਔਰ ਸਭ ਤੋਂ ਵੱਡੀ ਗੱਲ, ਜੇ ਗਠਬੰਧਨ ਦੀ ਗੱਲ ਕੀਤੀ ਜਾ ਰਹੀ ਹੈ, ਗਠਬੰਧਨ ਪਹਿਲੇ ਪ੍ਰਾਇਓਰਟੀ ਤੇ ਮੰਗਿਆ ਜਾ ਰਿਹਾ ਜੀ ਦਿੱਲੀ 'ਚ, ਦਿੱਲੀ 'ਚ ਮੰਗਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਫਿਰ ਕਹਿੰਦੇ ਜੀ ਸਾਨੂੰ ਹਰਿਆਣੇ ਦੇ ਵਿੱਚ ਵੀ ਚਾਹੀਦੀ ਹੈ, ਉਹ ਚੰਡੀਗੜ੍ਹ ਦੀ ਸੀਟ ਮੰਗੀ ਜਾ ਰਹੀ ਹੈਗੀ ਆ। ਔਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਉਂ ਨਹੀਂ ਗਠਬੰਧਨ ਮੰਗਿਆ ਜਾ ਰਿਹਾ? ਜੇ ਦਿੱਲੀ ਔਰ ਹਰਿਆਣੇ ਦੇ ਵਿੱਚ ਮੰਗਿਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਮੰਗਿਆ ਜਾ ਰਿਹਾ, ਜਦਕਿ ਪੰਜਾਬ ਦੇ ਵਿੱਚ ਤੇ ਤੁਹਾਡੇ 20 ਐਮਐਲਏ ਹੈਗੇ ਆ ਆਲਰੇਡੀ, 4 ਤੁਹਾਡੇ ਐਮਪੀ ਹੈਗੇ ਆ ਤੇ 13 ਵਿੱਚੋਂ ਜੇ 4 ਤੁਹਾਡੇ ਐਮਪੀ ਹੈਗੇ ਆ, ਜਿੱਥੇ ਤੁਹਾਨੂੰ ਪਤਾ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਹੈਗੀ ਆ, ਕੰਡੀਸ਼ਨ ਜੋ ਹੈਗੀ ਆ ਸਟਰੋਂਗ ਹੈਗੀ ਆ, ਪੰਜਾਬ ਦੇ ਵਿੱਚ ਗਠਬੰਧਨ ਕਿਉਂ ਨਹੀਂ ਮੰਗ ਰਹੇ ਤੁਸੀਂ? ਦੇਖੋ ਮੈਂ ਫਿਰ ਕਹਿ ਰਿਹਾ, ਮੈਂ ਪੰਜਾਬ ਦਾ ਸਹਿ ਪ੍ਰਭਾਰੀ ਪਹਿਲੇ ਸੀ, 2 ਸਾਲ ਤੋਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਉਹਦੇ ਚ ਸ਼ਾਮਿਲ ਨਹੀਂ ਹਾਂ। ਤੁਸੀਂ ਸਹਿ ਪ੍ਰਭਾਰੀ ਵੀ ਸੀਗੇ ਨਾਲ ਸੰਜੇ ਸਿੰਘ, ਜਿਨ੍ਹਾਂ ਦੀ ਗਠਬੰਧਨ ਦੀ ਡਿਊਟੀ ਲਗਾਈ ਹੈ, ਉਹ ਪੰਜਾਬ ਦੇ ਪ੍ਰਭਾਰੀ ਰਹਿ ਚੁੱਕੇ ਆ। ਪਰ ਮੈਂ 2 ਸਾਲ ਤੋਂ ਪੰਜਾਬ 'ਚ ਕੀ ਚੱਲ ਰਿਹਾ ਉਹਦੇ 'ਚ ਮੇਰਾ ਕੋਈ ਦਖਲ ਨਹੀਂ ਹੈ, ਮੈਂ ਸਾਫ਼ ਕਹਿ ਦਿੰਦਾ। ਤੇ ਉੱਥੇ ਜੋ ਚੱਲ ਰਿਹਾ, ਮੇਰਾ ਆਪਣਾ ਮੰਨਣਾ ਹੈ ਕਿ ਜੇਕਰ ਆਪਾਂ ਕੁਝ ਗਲਤੀਆਂ ਆਪਾਂ ਪੰਜਾਬ 'ਚ ਕੀਤੀਆਂ ਔਰ ਅਗਰ ਆਪਾਂ ਨਾ ਕਰਦੇ ਤੇ ਅਕਾਲੀ ਦਲ ਨੂੰ ਲੋਕ ਮੂੰਹ ਲਾਉਣਾ ਨਹੀਂ ਚਾਹੁੰਦੇ ਇਸ ਵੇਲੇ ਜੋ ਸਿਚੁਏਸ਼ਨ ਹੈ, ਤੇ ਕਾਂਗਰਸ ਦੇ 2 ਸਾਲ ਹੋ ਗਏ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ, ਤੇ ਤੀਜਾ ਅਲਟਰਨੇਟਿਵ ਆਮ ਆਦਮੀ ਪਾਰਟੀ ਨੇ ਉੱਥੇ ਬਣਨਾ ਸੀ, ਪਰ ਆਪਣਾ ਆਪਣੀਆਂ ਬਹੁਤ ਗਲਤੀਆਂ ਕੀਤੀਆਂ, ਮੈਂ ਸੁਚੇਤ ਵੀ ਕੀਤਾ, ਪਰ ਹੁਣ ਜੇ ਜੋ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਮੇਰੀ ਕੋਈ ਐਸੀ ਕੋਈ ਗੱਲ ਮਤਲਬ ਮੰਨੀ ਨਹੀਂ ਗਈ ਜਿਸ ਤਰ੍ਹਾਂ ਦੇ ਨਾਲ ਹੈ, ਤੁਸੀਂ ਇਸ ਕਰਕੇ ਮੈਂ ਉਹਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰ ਰਿਹਾ, ਮੈਂ ਪੰਜਾਬ 'ਚ ਵੀ ਮੈਂ ਪ੍ਰਚਾਰ ਕਰਨ ਵੀ ਨਹੀਂ ਜਾ ਰਿਹਾ, ਠੀਕ ਹੈ, ਤੇ ਮੈਨੂੰ ਇਹਨਾਂ ਨੇ ਸਟਾਰ ਪ੍ਰਚਾਰਕ ਬਣਾਇਆ ਇੱਥੇ ਵੀ, ਮੈਂ ਪਰ ਮੈਂ ਉਹਦੇ 'ਚ ਅਜੇ ਇੰਟਰਸਟ ਨਹੀਂ ਲੈ ਰਿਹਾ ਜਦ ਤੱਕ ਇਹ ਗਠਬੰਧਨ ਵਾਲੀ ਗੱਲ ਕਲੀਅਰ ਨਹੀਂ ਹੁੰਦੀ ਹੈ। ਤੁਸੀਂ 84 ਤੋਂ ਜੁੜੇ ਹੋ, ਤੁਸੀਂ ਪੰਜਾਬ ਤੋਂ ਪਿਛਲੇ 2 ਸਾਲ ਤੋਂ ਲਾਂਬੇ ਹੋਏ ਹੋ, ਫੁਲਕਾ ਸਾਹਿਬ ਵੀ ਜਿਹੜਾ ਹੈਗਾ 84 ਦੇ ਮੁੱਦਿਆਂ ਤੇ ਉਹ ਜਿਹੜਾ ਹੈਗਾ ਸੰਗਤ ਦੇ ਵਿੱਚ ਜੋ ਕਿ ਲੈ ਕੇ ਗਏ ਸੀਗੇ, ਔਰ 84 ਮੁੱਦਿਆਂ ਤੋਂ ਹੀ ਉਹ ਕਾਫੀ ਜੋ ਕਿ ਉਹ ਹਾਈਲਾਈਟ ਵੀ ਹੋਏ ਆ ਸੰਗਤਾਂ ਦੇ ਵਿੱਚ, ਉਹ ਆਏ ਵੀ ਨੇ, ਔਰ ਉਹ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੋਂ ਤਕਰੀਬਨ ਕਿਰਾਣਾ ਕਰਦੇ ਜਿਹੜੇ ਹੈਗੇ, ਉਹਨਾਂ ਨੇ ਜੋ ਪਿੱਛੇ ਜੋ ਰਿਜ਼ਾਈਨ ਵੀ ਦਿੱਤਾ ਸੀਗਾ, ਇਹ ਇੱਕੋ ਤਰੀਕੇ ਦੀ ਆਪਾਂ ਇੱਕ ਜਿਸ ਤਰ੍ਹਾਂ ਕਾਮਨ ਕਹਿੰਦੇ ਨਾ, ਇੱਕੋ ਤਰੀਕੇ ਦੀ ਲੋਬੀ ਨੂੰ ਹੀ ਜਿਹੜਾ ਹੈਗਾ ਪੰਜਾਬ ਦੀ ਰਾਜਨੀਤੀ ਤੋਂ ਆਮ ਆਦਮੀ ਪਾਰਟੀ ਬਾਹਰ ਕਿਉਂ ਕਰ ਰਹੀ ਹੈ? ਦੇਖੋ ਮੈਂ ਫਿਰ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਣਾ ਆਧਾਰ ਬਣਾਏ ਰੱਖਿਆ ਉਹਨੇ, ਤੇ ਜਿਹੜਾ ਨੁਕਸਾਨ ਹੋਇਆ ਸੀ ਲੋਕਾਂ ਦੇ ਵਿੱਚ, ਜਿਹੜੀ ਵਿਰੋਧੀ ਲਹਿਰ ਸੀ ਉਹ ਅਕਾਲੀ ਦਲ ਦੀ ਸੀ, ਕਿਉਂਕਿ ਪੰਥਕ ਲੋਕ ਜਿਹੜੇ ਸੀ, ਜਿਹੜੀ ਖਾਸ ਕਰ ਪਿੰਡਾਂ ਦੇ ਲੋਕ ਸੀ, ਜਿਹੜੇ ਖਾਸ ਕਰ ਸਿੱਖ ਮਾਇੰਡ ਵਾਲੇ ਲੋਕ ਸੀ, ਉਹ ਜਿਹੜੇ ਸੀ ਉਹ ਅਕਾਲੀ ਦਲ ਤੋਂ ਨਾਰਾਜ਼ ਹੋ ਗਏ ਸੀ, ਖਾਸ ਕਰ ਬਰਗਾੜੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਾਂਡ, ਔਰ ਜਿਸ ਤਰ੍ਹਾਂ ਦੇ ਨਾਲ ਉਹ ਝੂਠੇ ਸੌਦੇ ਵਾਲੇ ਨਾਲ ਇਹਨਾਂ ਨੇ ਸੌਦੇ ਕੀਤੇ, ਉਹਨੂੰ ਮਾਫੀਆਂ ਦਵਾਈਆਂ, ਉਹਦੇ ਨਾਲ ਇੱਕ ਜਿਹੜਾ ਇੱਕ ਬਹੁਤ ਗੰਭੀਰ ਸੰਕਟ ਅਕਾਲੀ ਦਲ ਦੇ ਲਈ ਖੜਾ ਹੋ ਗਿਆ ਸੀ, ਤੇ ਉਹ ਜਿਹੜਾ ਵੋਟ ਸੀ, ਉਹ ਜਿਹੜੇ ਲੋਕ ਸੀ, ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ, ਤੇ ਆਮ ਆਦਮੀ ਪਾਰਟੀ ਨੂੰ ਉਹ ਜਿਹੜੇ ਲੋਕ, ਉਹ ਜਿਹੜੇ ਹੈ ਜਿਹਨੂੰ ਫੋਲੋ ਕਰਦੇ ਹੈ, ਉਸ ਹਿਸਾਬ ਦੇ ਨਾਲ ਇੱਕ ਪੰਥਕ ਆਪਣੀ ਪਾਲਿਸੀ ਤੈਅ ਕਰਨੀ ਚਾਹੀਦੀ ਸੀ, ਤਾਂ ਕਿ ਉਹ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਰਹਿ ਸਕਣ। ਮੈਨੂੰ ਲੱਗਦਾ ਹੈ ਕਿ ਕੁਝ ਉਹਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਕੁਝ ਖਾਮੀਆਂ ਰਹੀਆਂ ਨੇ,
ਕੁਝ ਗਲਤੀਆਂ ਇੱਥੋਂ ਆਉਂਦੀਆਂ ਕੁਝ ਉੱਥੋਂ ਆਉਂਦੀਆਂ ਪਰ ਇੱਕ ਵੱਡਾ ਦਿਲ ਦਿਖਾ ਕੇ ਉਸਨੂੰ ਸਾਰਿਆਂ ਨੂੰ ਜਿਹੜੇ ਲੋਕ ਉਸ ਵੇਲੇ ਦੇ ਪੰਜਾਬ ਚ ਇੱਕ ਬਦਲਾਅ ਚਾਹੁੰਦੇ ਸੀ ਉਹਨਾਂ ਨੂੰ ਇਕੱਠਿਆਂ ਰੱਖਣ ਦੀ ਇੱਕ ਮੈਨੂੰ ਲੱਗਦਾ ਕਿ ਜ਼ਰੂਰਤ ਸੀ ਔਰ ਹੈ ਵੀ ਤਾਂ ਕਿ ਜੋ ਹੈ ਕਿ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਉਹਨਾਂ ਅਮਰਿੰਦਰ ਸਿੰਘ ਕਹਿੰਦਾ ਕਿ ਉਹ ਬਈ ਟੂਡੋ ਨੇ ਜੇ ਸਿੱਖ ਐਕਸਟ੍ਰੀਮਿਜ਼ਮ ਵਰਡ ਹਟਾ ਦਿੱਤਾ ਹੈ ਉਹ ਕਹਿੰਦਾ ਉਹ ਗਲਤੀ ਹੋ ਗਈ ਲੇਕਿਨ ਇਹੀ ਅਮਰਿੰਦਰ ਸਿੰਘ ਇਹ ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੀ ਜਾਂਦੀ ਤੇ ਚੁੱਪ ਕਰਕੇ ਬੈਠਾ ਹੈ ਜਦੋਂ ਆਸੀਮਾਨੰਦ ਨੂੰ ਛੱਡਿਆ ਜਾਂਦਾ ਤਾਂ ਚੁੱਪ ਕਰਕੇ ਬੈਠਾ ਹੈ ਤਾਂ ਫਿਰ ਕੀ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਹਿੰਦੂ ਅੱਤਵਾਦ ਹੈ ਇਹਨੂੰ ਚੰਗਾ ਮੰਨਦਾ ਹੈ ਤੇ ਜੇ ਕੋਈ ਸਿੱਖ ਜਿਹੜਾ 84 ਦੀ ਗੱਲ ਕਰਦਾ ਹੈ ਜਾਂ ਮੰਨ ਲਓ ਬਰਗਾੜੀ ਦਾ ਮੋਰਚਾ ਲਾਉਂਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਬਾਰੇ ਕੋਈ ਗੱਲ ਕਰਦਾ ਹੈ ਤੇ ਉਹ ਫਿਰ ਉਹਦੇ ਵਾਸਤੇ ਰੈਡੀਕਲ ਹੋ ਜਾਂਦਾ ਤੇ ਉਹਨਾਂ ਦਾ ਨਾਂ ਐਕਸਟ੍ਰੀਮਿਜ਼ਮ 'ਚ ਰੱਖਿਆ ਰਹਿਣਾ ਚਾਹੀਦਾ ਹੈ ਇਹ ਗੱਲ ਬੜੀ ਹੀ ਮਾੜੀ ਹੈ ਹਾਸੋਹੀਣੀ ਵੀ ਹੈ ਤੇ ਨਾਲੇ ਬੜੀ ਦੁਖਾਂਤ ਵੀ ਵਿਅਕਤ ਕਰਦੀ ਹੈ ਠੀਕ ਹੈ ਜਰਨੈਲ ਸਿੰਘ ਜੀ ਅੱਜ ਦੇ ਸਮੇਂ ਦੇ ਵਿੱਚ ਮੈਂ ਇੱਕ ਆਰਟੀਕਲ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕੌਮੀ ਪੱਤਰਿਕਾ ਅਖਬਾਰ ਦੇ ਵਿੱਚ ਗੁਰਚਰਨ ਸਿੰਘ ਬੱਬਰ ਜਿਹੜਾ ਹੈਗਾ ਉਹ ਆਪਣੇ ਅਖਬਾਰ ਦੇ ਵਿੱਚ 15 ਅਪ੍ਰੈਲ ਨੂੰ ਛਾਪਦੇ ਨੇ ਕਿ ਹਿੰਦੁਸਤਾਨ ਮੇਂ 2019 ਕੇ ਲੋਕਸਭਾ ਕੇ ਚੁਣਾਵ ਮੇਂ ਪੰਜਾਬ ਕੇ ਬਾਹਰ ਦੇਸ਼ ਭਰ ਮੇਂ ਰਹਿਣੇ ਵਾਲੇ ਕਿਸੀ ਵੀ ਸਿੱਖ ਕੋ ਰਾਜਨੀਤੀ ਪਾਰਟੀ ਨੇ ਕਿਸੀ ਵੀ ਰਾਜਨੀਤਿਕ ਪਾਰਟੀ ਨੇ ਟਿਕਟ ਨਹੀਂ ਦਿਆ ਅਬ ਸਿੱਖੋ ਕੋ ਖਾਲਿਸਤਾਨ ਮੇਂ ਹੀ ਮਿਲੇਗਾ ਲੋਕਸਭਾ ਕਾ ਟਿਕਟ ਇੱਕ ਪੂਰੀ ਸਿੱਖ ਕੌਮ ਕੋ ਲੋਕਸਭਾ ਚੁਣਾਵ ਸੇ ਹਿੰਦੁਸਤਾਨ ਨੇ ਬਾਹਰ ਕਰ ਦਿਆ ਦਿੱਲੀ ਦੇ ਵਿੱਚ ਜਦੋਂ ਤੁਸੀਂ ਸੀਗੇ ਦਿੱਲੀ ਦੇ ਵਿੱਚ ਤੁਹਾਨੂੰ ਵੀ ਜਿਹੜਾ ਹੈਗਾ ਪਾਰਟੀ ਨੇ ਉਸ ਸਮੇਂ ਟਿਕਟ ਦਿੱਤੀ ਸੀਗੀ ਹੋਰ ਜਿਹੜੀ ਹਲਕੇ ਤੋਂ ਦਿੱਤੀ ਸੀਗੀ ਉਹ ਹਲਕਾ ਐਸਾ ਹੈਗਾ ਕਿ ਵੈਸਟ ਦਿੱਲੀ ਦਾ ਜਿੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਹੋਰ ਸਿੱਖ ਵੱਸਦੇ ਨੇ ਗੁਰਚਰਨ ਸਿੰਘ ਬੱਬਰ ਦੀ ਗੱਲ ਕਿੰਨੀ ਠੀਕ ਤੁਸੀਂ ਸਮਝਦੇ ਹੋ ਕਿ ਪੰਜਾਬ ਤੋਂ ਬਾਅਦ ਜਿਹੜੀ ਹੈਗੀ ਸਿੱਖਾਂ ਨੂੰ ਟਿਕਟ ਹੀ ਦੋ ਗੱਲਾਂ ਇਹਦੇ ਵਿੱਚ ਮੈਂ ਫੇਰ ਕਹਿ ਦਿਆਂ ਕਿ ਜਦੋਂ ਮੈਂ ਵੈਸਟ ਦਿੱਲੀ ਤੋਂ ਲੜਿਆ ਤੇ ਮੈਨੂੰ 4.5 ਲੱਖ ਵੋਟ ਮਿਲੀ ਜਿਹੜੇ ਆਪਣੇ ਹੀ ਜਿਹੜੇ ਅਕਾਲੀ ਕਹਾਉਂਦੇ ਨੇ ਜਿਹੜੇ ਇਹਨਾਂ ਨੇ ਦੋ ਸਿੱਖ ਨਾ ਖੜੇ ਕੀਤੇ ਹੋਏ ਨਕਲੀ ਜਿਨ੍ਹਾਂ ਦਾ ਨਾਂ ਹੀ ਸਿਰਫ ਜਰਨੈਲ ਸਿੰਘ ਸੀ ਪਰ ਉਹਨਾਂ ਪ੍ਰਚਾਰ ਕੀਤਾ ਉਹ ਵੋਟ ਮੇਰੀ ਖਰਾਬ ਕੀਤੀ ਤੇ ਉਹ ਨਹੀਂ ਹੁੰਦੀ ਤੇ ਮੈਨੂੰ ਸ਼ਾਇਦ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਵੋਟ ਪਈ ਹੈ ਤੇ ਉੱਥੇ ਜਿਹੜੀ ਸਿੱਖ ਪਾਪੂਲੇਸ਼ਨ ਵੀ ਹੈ ਵੈਸਟ ਦਿੱਲੀ ਦੇ ਵਿੱਚ ਉਹ ਤਕਰੀਬਨ ਪੰਜਾਬੀ ਤੇ ਸਿੱਖ ਪਾਪੂਲੇਸ਼ਨ ਮਿਲਾਈਏ ਤਕਰੀਬਨ 25% ਤੋਂ ਉੱਪਰ ਬਣਦੀ ਹੈ ਤੇ ਜਿਹੜੀ ਜਾਟ ਪਾਪੂਲੇਸ਼ਨ ਹੈ ਉਹ 8% ਹੈ ਉਹਦੇ ਬਾਅਦ ਫਿਰ ਜਿਹੜੀ ਕੁਝ ਆਪਣਾ ਜਿਹਨੂੰ ਪੂਰਵਾਂਚਲੀ ਕਹਿੰਦੇ ਉਹਨਾਂ ਦੀ ਹੈ ਫਿਰ ਕੁਝ ਜਿਹੜੇ ਆਪਣੇ ਦੂਜੇ ਯਾਦਵ ਨੇ ਉਹਨਾਂ ਦੀ ਹੈ ਫਿਰ ਉਹਦੇ ਬਾਅਦ ਬਾਕੀ ਜਿਹੜੇ ਬਨੀਆਂ ਜਾਂ ਦੂਜੀ ਜਿਹੜੀ ਵੀ ਆਉਂਦੀ ਉਹ ਇਹ ਆਉਂਦੀ ਹੈ ਇਸ ਕਰਕੇ ਇਹ ਤਾਂ ਇੱਕ ਤੱਥ ਹੈ ਤੇ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਸਾਨੂੰ ਸਿੱਖ ਕੌਮ ਨੂੰ ਇਹ ਸਮਝ ਲੈਣਾ ਪਏਗਾ ਅਲਾਮਾ ਇਕਬਾਲ ਨੇ ਇੱਕ ਸ਼ੇਰ ਕਿਹਾ ਸੀ ਜਦੋਂ ਕਿ ਜਮਹੂਰੀਅਤ ਤੇ ਕਾਇਦਾ ਏ ਹਕੂਮਤ ਹੈ ਜਿਸਮੇ ਸਿਰ ਗਿਨੇ ਜਾਤੇ ਹੈ ਤੋਲੇ ਨਹੀਂ ਜਾਤੇ ਉਹਨੇ ਕਿਹਾ ਸੀ ਕਿ ਵੀ ਸਿਰਾਂ ਦੀ ਗਿਣਤੀ ਹੁੰਦੀ ਹੈ ਤੋਲੇ ਨਹੀਂ ਜਾਂਦੇ ਤੁਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੁਸੀਂ ਕਿੰਨੇ ਸਿਆਣੇ ਹੋ ਤੁਸੀਂ ਦੇਸ਼ ਦੇ ਲਈ ਕਿੱਥੇ ਬਾਰਡਰ ਦੇ ਉੱਤੇ ਲੜੇ ਹੋ ਤੁਹਾਡੇ 'ਚ ਕਿੰਨੀ ਸਿਆਣਪ ਹੈ ਜਾਂ ਤੁਸੀਂ ਕੀ ਕੁਝ ਦੇਸ਼ ਲਈ ਕੀਤਾ ਦੇਸ਼ ਦਾ ਢਿੱਡ ਭਰਿਆ ਜਾਂ ਜੋ ਵੀ ਕੀਤਾ ਉਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਗੱਲ ਇਹ ਰਹਿ ਜਾਂਦੀ ਕਿ ਤੁਹਾਡੀ ਗਿਣਤੀ ਕਿੰਨੀ ਹੈ ਤੇ ਗਿਣਤੀ ਪੱਖੋਂ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀ ਤਾਂ ਵੀ ਸਿੱਖ ਉਹਦੇ ਰਾਜ ਦੇ ਵਿੱਚ ਮੈਨੂੰ ਲੱਗਦਾ 20-30% ਤੋਂ ਵੱਧ ਨਹੀਂ ਸੀ ਪਰ ਫਿਰ ਵੀ ਉਹਨੇ ਰਾਜ ਦਿੱਤਾ ਤੇ ਰਾਜ ਕੀਤਾ ਬਿਲਕੁਲ ਉਹ ਚੰਗਾ ਰਾਜ ਰੱਜ ਕੇ ਕਮਾਇਆ ਤੇ ਪਰ ਗੱਲ ਜਿਹੜੀ ਹੈ ਕਿ ਹੁਣ 47 ਤੋਂ ਬਾਅਦ ਜਿਹੜਾ ਇੱਕ ਲੋਕਤੰਤਰ ਜਿਹਨੂੰ ਮੈਂ ਭੀੜ ਤੰਤਰ ਵੀ ਬਣਦਾ ਜਾ ਰਿਹਾ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਭੀੜ ਕਿਹਦੇ ਨਾਲ ਹੈ ਇਸੇ ਭੀੜ ਦੇ ਭੀੜ ਤੰਤਰ ਦੇ ਕਰਕੇ ਇਹ ਹੁੰਦਾ ਕਿ ਜੇ ਤੂੰ ਪ੍ਰਧਾਨ ਮੰਤਰੀ ਕਹਿੰਦਾ ਹਿੰਦੂ ਕਵੀ ਆਤੰਕਵਾਦੀ ਨਹੀਂ ਹੋ ਸਕਦਾ ਤੇ ਇਹਦਾ ਮਤਲਬ ਸਿੱਖ ਆਤੰਕਵਾਦੀ ਹੋ ਸਕਦਾ ਭਾਵੇਂ ਹੱਕਾਂ ਲਈ ਲੜ ਰਿਹਾ ਹੋਵੇ ਭਾਵੇਂ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਰਿਲੇ ਕਰਾਉਣ ਵਾਸਤੇ ਲੜ ਰਿਹਾ ਹੋਵੇ ਭਾਵੇਂ ਚੰਡੀਗੜ੍ਹ ਲਈ ਲੜ ਰਿਹਾ ਹੋਵੇ ਪੰਜਾਬ ਦੇ ਪਾਣੀ ਲਈ ਲੜ ਰਿਹਾ ਹੋਵੇ ਉਹ ਅੱਤਵਾਦੀ ਹੋ ਜਾਏਗਾ ਤੇ ਤੁਸੀਂ ਭਾਵੇਂ ਮੱਕਾ ਮਦੀਨਾ ਜਿਹੜੀ ਮਸਜਿਦ ਉੱਥੇ ਬੰਬ ਬਲਾਸਟ ਕਰ ਦਿਓ ਸਮਝੌਤਾ ਐਕਸਪ੍ਰੈਸ 'ਚ ਲੋਕਾਂ ਨੂੰ ਮਾਰ ਦਿਓ ਮਾਲੇਗਾਓਂ 'ਚ ਬੰਬ ਬਲਾਸਟ ਕਰ ਦਿਓ ਤੁਸੀਂ 84 'ਚ ਕਤਲੇਆਮ ਕਰ ਦਿਓ ਭਾਵੇਂ ਗੁਜਰਾਤ ਦੇ ਵਿੱਚ ਕਤਲੇਆਮ ਕਰ ਦਿਓ ਤੇ ਭਾਵੇਂ ਲਿੰਚਿੰਗ ਕਰਕੇ ਲੋਕਾਂ ਨੂੰ ਮਾਰ ਦਿਓ ਫਿਰ ਉਹ ਅੱਤਵਾਦ ਨਹੀਂ ਹੋ ਸਕਦਾ ਕਿਉਂ ਕਿਉਂਕਿ ਉਹ ਕਹਿ ਰਿਹਾ ਕਿ ਜ਼ਿਆਦਾ ਵੋਟਾਂ ਕਿਹਦੇ ਕੋਲ ਹੈ ਉਹਨਾਂ ਵੋਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਇਸ ਕਰਕੇ ਇਸ ਗੱਲ ਦੇ ਮਾਇਨੇ ਨਹੀਂ ਰਹਿ ਗਏ ਕਿ ਤੁਸੀਂ ਕਿੰਨੇ ਸਿਆਣੇ ਹੋ ਜਾਂ ਸਿਸਟਮ ਕੀ ਕਹਿੰਦਾ ਆ ਕਿ ਸੰਵਿਧਾਨ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਕੋਈ ਅਲੀ ਤੇ ਬਜਰੰਗ ਬਲੀ ਤੇ ਵੋਟਾਂ ਮੰਗੀ ਜਾਂਦਾ ਹੈ ਕੋਈ ਜਿਹੜਾ ਹੈਗਾ ਉਹ ਕਹਿੰਦਾ ਕਿ ਅਸੀਂ ਸਾਰੇ ਹਿੰਦੂ ਇੱਕ ਹੋ ਜਾਓ ਉਹਦੇ ਵੋਟਾਂ ਮੰਗੀ ਜਾਂਦਾ ਕੋਈ ਕਹਿੰਦਾ ਮੁਸਲਮਾਨ ਇੱਕ ਹੋ ਜਾਓ ਉਹਦੀ ਵੋਟਾਂ ਮੰਗੀ ਤੇ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਕੁਝ ਨਹੀਂ ਕਰ ਤੇ ਲਿਖਿਆ ਜੋ ਹੋਇਆ ਸੰਵਿਧਾਨ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ 'ਚ ਲਿਖਿਆ ਹੋਇਆ ਉਹਨੂੰ ਕੋਈ ਨਹੀਂ ਮੰਨ ਰਿਹਾ
ਇਹ ਕਿਉਂ ਨਹੀਂ ਉਹਨਾਂ ਦੀ ਕੈਂਸਲ ਕਰ ਦਿੰਦਾ, ਕਿਉਂ ਨਹੀਂ ਉਹਨਾਂ ਟਿਕਟਾਂ ਕੈਂਸਲ ਕਰ ਦਿੰਦਾ? ਇਲੈਕਸ਼ਨ ਕਮਿਸ਼ਨ ਚਾਹੇ ਤਾਂ ਪੂਰੀ ਪਾਰਟੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਨੂੰ ਕੈਂਸਲ ਕਰ ਸਕਦਾ, ਪਾਰਟੀ ਦੀ ਮਾਨਤਾ ਰੱਦ ਕਰ ਸਕਦਾ, ਕਿਉਂ ਨਹੀਂ ਕਰਦਾ? ਜਿੱਦਣ ਕਰੇਗਾ ਤਾਂ ਗੱਲ ਬਣੇਗੀ, ਸਿਸਟਮ ਨਹੀਂ ਇੱਕ ਵਰਕ ਕਰ ਰਿਹਾ। ਮੈਨੂੰ ਇੱਕ ਯਾਦ ਆ ਰਿਹਾ ਜਦੋਂ ਟਰੂਡੋ ਦੇ ਜਦੋਂ ਆਪਣਾ ਜਗਮੀਤ ਸਿੰਘ ਲੜਿਆ ਉੱਥੋਂ ਬਨਬੀ ਤੋਂ ਕੈਨੇਡਾ 'ਚ, ਜਦੋਂ ਉਹਨੇ ਉਹ ਬਾਈ ਇਲੈਕਸ਼ਨ ਲੜੀ ਹੈ ਤੇ ਜਦੋਂ ਟਰੂਡੋ ਦੀ ਪਾਰਟੀ ਵੱਲੋਂ ਇੱਕ ਲੇਡੀ ਜਿਹਨੂੰ ਟਿਕਟ ਦਿੱਤਾ ਗਿਆ ਉਹ ਚਾਈਨੀਜ਼ ਬੈਕਗ੍ਰਾਉਂਡ ਦੀ ਸੀ, ਤੇ ਉਹਨੇ ਕਿਹਾ ਕਿ ਜਿਹੜੇ ਇੰਡੀਅਨ ਕੈਨੇਡੀਅਨਸ ਉਸ ਪਾਸੇ ਨੇ ਤੇ ਚਾਈਨੀਜ਼ ਕੈਨੇਡੀਅਨ ਮੇਰੇ ਨਾਲ ਆਣੇ ਚਾਹੀਦੇ ਨੇ ਸਾਰੇ। ਤੇ ਉਹਨੇ ਗੱਲ ਜਿਵੇਂ ਹੀ ਕਹੀ ਟਰੂਡੋ ਦੀ ਪਾਰਟੀ ਨੇ ਉਹਦੀ ਟਿਕਟ ਕੱਟ ਦਿੱਤੀ। ਉਹਨੇ ਕਿਹਾ ਵੀ ਇਹ ਤੂੰ ਗੱਲ ਕਹੀ ਕਿਵੇਂ, ਲੋਕਾਂ ਚ ਵੰਡੀ ਪਾਉਣ ਦੀ ਗੱਲ ਕਿਵੇਂ ਕਹੀ, ਤੂੰ ਇੰਡੀਅਨ ਤੇ ਚਾਈਨੀਜ਼ ਵਾਲੀ ਬੈਕਗ੍ਰਾਉਂਡ ਦੀ ਗੱਲ ਕੀਤੀ ਕਿਉਂ, ਉਹਦੀ ਟਿਕਟ ਬਿਨਾਂ ਕੁਝ ਕੀਤੇ ਉਹਨੂੰ ਕੱਟ ਦਿੱਤਾ ਗਿਆ, ਉਹਨੂੰ ਬਾਹਰ ਕੱਢ ਦਿੱਤਾ ਗਿਆ। ਇੱਥੇ ਜੇ ਤੁਸੀਂ ਵੰਡੀ ਪਾਉਣ ਦੀ ਗੱਲ ਕਰਦੇ ਤੁਹਾਨੂੰ ਟਿਕਟ ਮਿਲਣੀ ਤਾਂ ਤੁਸੀਂ ਮੰਤਰੀ ਬਣ ਜਾਓਗੇ, ਫਿਰ ਚੰਗਾ। ਫਿਰ ਇਹ ਗੱਲ ਇੱਕ ਕਰਦੇ ਆ ਕਿ ਦੇਸ਼ ਨੂੰ ਜੋੜੋ, ਬਈ ਦੇਸ਼ ਤਾਂ ਸਮਾਜ ਨਾਲ ਜੁੜਦਾ ਹੈ ਨਾ, ਤੇ ਸਮਾਜ ਨੂੰ ਤੋੜ ਕੇ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਤੇ ਦੇਸ਼ ਨੂੰ ਜੋੜਨ ਦੀ ਗੱਲ ਕਰਦੇ। ਜੇ ਸਮਾਜ ਟੁੱਟੇਗਾ ਤਾਂ ਦੇਸ਼ ਟੁੱਟੇਗਾ, ਜੇ ਸਮਾਜ ਜੁੜੇਗਾ ਤੇ ਤਾਂ ਹੀ ਦੇਸ਼ ਜੁੜਦਾ ਹੈ ਨਾ। ਪਰ ਤੁਸੀਂ ਕਹੋ ਕਿ ਸਿੱਖਾਂ ਨੂੰ ਅਸੀਂ ਅੱਤਵਾਦੀ ਕਹਿਣਾ, ਉਹਨਾਂ ਨੂੰ ਹੱਕ ਨਹੀਂ ਦੇਣੇ, ਮੁਸਲਮਾਨਾਂ ਨਾਲ ਇੱਦਾਂ ਕਰਨਾ, ਈਸਾਈਆਂ ਨਾਲ ਕੰਧਮਾਲ 'ਚ ਕਰਨਾ, ਫਿਰ ਤੁਸੀਂ ਕਹਿੰਦੇ ਕਿ ਏਕਤਾ ਦੇ ਨਾਮ 'ਤੇ। ਇਹ ਜਿਹੜਾ ਡਰਾਮਾ ਚੱਲ ਰਿਹਾ ਨਾ, ਇਹ ਹਿੰਦੁਸਤਾਨ ਦੇ ਵਿੱਚ ਕੋਈ ਸਿਸਟਮ ਅੱਜ ਕੱਲ੍ਹ ਵਰਕ ਨਹੀਂ ਕਰ ਪਾ ਰਿਹਾ। ਆਖਰੀ ਸਵਾਲ ਰਹੇਗਾ ਕਿ ਖਡੂਰ ਸਾਹਿਬ ਦੀ ਪੰਜਾਬ ਦੀ ਇਸ ਟਾਈਮ ਜੋ ਸੀਟ ਹੈਗੀ ਹੈ ਬੜੀ ਇਸ ਟਾਈਮ ਚਰਚਾ ਦੇ ਵਿੱਚ ਹੈਗੀ ਹੈ, ਕਿਉਂਕਿ ਇੱਕ ਪਾਸੇ ਬੀਬੀ ਜਗੀਰ ਕੋਲ ਖੜੇ ਨੇ ਹੋਰ ਸੁਖਪਾਲ ਖਹਿਰਾ ਦੀ ਪਾਰਟੀ ਤੋਂ, ਪੰਜਾਬ ਏਕਤਾ ਦੀ ਪਾਰਟੀ ਤੋਂ ਜਿਹੜਾ ਹੈਗੇ ਆ ਪਰਮਜੀਤ ਕੋਲ ਖਾਲੜਾ ਜੀ ਜਿਹੜੇ ਹੈਗੇ ਉਹ ਖੜੇ ਨੇ। ਹੋਰ ਤੁਸੀਂ ਆਪਾਂ ਚੈੱਕ ਕੀਤਾ ਸੀਗਾ ਕਿ ਫੇਸਬੁੱਕ 'ਤੇ ਕਿ ਤੁਸੀਂ ਉਹਨਾਂ ਦੀ ਹਿਮਾਇਤ ਵੀ ਕੀਤੀ ਹੈਗੀ ਆ, ਉਹ ਹਿਮਾਇਤ ਕਿਸ ਤਰੀਕੇ ਦੀ, ਜਰਨੈਲ ਸਿੰਘ ਦੀ ਇੰਡੀਵਿਜੁਅਲ ਹਿਮਾਇਤ ਸੀ ਜਾਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਹਿਮਾਇਤ ਸੀ? ਦੇਖੋ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦਾ ਪਰਿਵਾਰ ਅਤੇ ਜੋ ਖਾਲੜਾ ਸਾਹਿਬ ਨੇ ਕੁਰਬਾਨੀ ਕੀਤੀ ਹੈ, ਜੋ ਉਸ ਵੇਲੇ ਲਵਾਰਸ ਲਾਸ਼ਾਂ ਕਹਿ ਕੇ ਇਹਨਾਂ ਨੇ ਫੇਕ ਇਨਕਾਊਂਟਰ ਕਰਕੇ ਮਾਰਤੇ, ਜਿਨ੍ਹਾਂ ਦੇ ਉੱਤੇ ਅੱਤਵਾਦ ਦਾ ਇਲਜ਼ਾਮ ਵੀ ਨਹੀਂ ਸੀ, ਮੈਂ ਵੀ ਕਹਿ ਦਿਆਂ, ਕਿਉਂਕਿ ਅੱਤਵਾਦੀ ਦੱਸ ਕੇ ਮਾਸੂਮ ਲੋਕ ਮਾਰ ਕੇ ਉਹਨਾਂ ਦੇ ਇਨਾਮ ਤਾਂ ਲਿੱਤੇ ਹੀ ਲਿੱਤੇ, ਇਹ ਤਾਂ ਉਹ ਸੀ ਜਿਨ੍ਹਾਂ 'ਤੇ ਅੱਤਵਾਦ ਦਾ ਇਹਨਾਂ ਨੇ ਇਲਜ਼ਾਮ ਹੀ ਨਹੀਂ ਲਾਇਆ ਅਤੇ ਮਾਰ ਕੇ ਖਤਮ ਕਰ ਦਿੱਤੇ। 2000 ਲਾਸ਼ਾਂ ਤਾਂ ਉਹ ਦੁਰਗਿਆਣਾ ਮੰਦਿਰ ਦੇ ਉਹ ਜਿਹੜੀ ਉਹ ਸ਼ਮਸ਼ਾਨ ਘਾਟ ਦੇ ਵਿੱਚ ਲਾਈਆਂ ਗਈਆਂ, 25,000 ਲਾਸ਼ਾਂ ਜਿਹੜੀਆਂ ਨੇ ਉਹਨਾਂ ਨੇ ਪਤਾ ਕੀਤੀ। ਜੇ ਪੂਰੇ ਪੰਜਾਬ 'ਚ ਪਤਾ ਕੀਤਾ ਜਾਵੇ ਤਾਂ ਬਹੁਤ ਵੱਡਾ ਅੰਕੜਾ ਬਣ ਜਾਂਦਾ। ਇਹਨੂੰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਵੀ ਮੰਨਿਆ, ਇਹਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ। ਉਹਦੇ ਬਾਅਦ ਜਿਹੜੇ ਉਹ ਲੋਕ ਜਿਨ੍ਹਾਂ ਦੀ ਲਵਾਰਸ ਬੱਚੇ ਹੋ ਗਏ ਸੀ ਉਹਨਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਵੀ ਹੋਈ, ਤੇ ਇਸ ਕਰਕੇ ਇਹ ਕੋਈ ਫੇਕ ਨਹੀਂ ਹੈ ਅੰਕੜਾ। ਤੇ ਉਹ ਇਸੇ ਕਰਕੇ ਜਦੋਂ ਉਹਨਾਂ ਨੇ ਇਹ ਫੇਕ ਜਿਹੜਾ ਇਨਕਾਊਂਟਰ ਕੀਤੇ ਗਏ ਤੇ ਲਵਾਰਸ ਲਾਸ਼ਾਂ ਕਰਕੇ, ਇਸ ਕਰਕੇ ਖਾਲੜਾ ਸਾਹਿਬ ਨੂੰ ਚੁੱਕ ਕੇ KPS ਗਿੱਲ ਹੋਣਾ ਨੇ ਉਹਨਾਂ ਨੂੰ ਮਰਵਾ ਦਿੱਤਾ। ਤੇ ਇਸ ਕਰਕੇ ਬੀਬੀ ਖਾਲੜਾ ਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਹਿਊਮਨ ਰਾਈਟਸ ਨੂੰ ਲੈ ਕੇ ਹੈ। ਤੇ ਇਹ ਗੱਲ ਜਿਹੜੀ ਜਦੋਂ ਮੈਂ ਪੱਤਰਕਾਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਤਾਂ ਵੀ ਮੈਂ ਖਬਰਾਂ ਇਹ ਗੱਲਾਂ ਲਿਖੀਆਂ ਸੀ, ਤੇ ਅੱਜ ਵੀ ਜੇ ਉਹ ਹੈਗੇ ਹੈ ਤੇ ਫਿਰ ਮੇਰਾ ਮੰਨਣਾ ਕਿ ਇਖਲਾਕੀ ਤੌਰ 'ਤੇ ਮੈਂ ਅਪੀਲ ਕੀਤੀ ਸੀ ਕਿ ਸਾਰਿਆਂ ਨੂੰ ਪਾਰਟੀ ਹਿੱਤ ਤੋਂ ਉੱਪਰ ਉੱਠ ਕੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਤੇ ਮੈਂ ਅੱਜ ਵੀ ਇਸ ਗੱਲ ਦਾ ਮੁੱਦਾ ਹੀ ਹਾਂ ਕਿ ਬੀਬੀ ਪਰਮਜੀਤ ਕੌਰ ਖਾਲੜਾ, ਕਿਉਂਕਿ ਪੰਜਾਬ ਦੇ ਵਿੱਚ ਜੋ ਹੋਇਆ, ਜੋ ਹਨੇਰੀ ਆਈ ਸੀ ਉਸ ਹਿਊਮਨ ਰਾਈਟਸ ਇਸ਼ੂ ਨੂੰ, ਉਹ ਲੋਕ ਸਭਾ ਦੇ ਵਿੱਚ ਚੁੱਕ ਸਕਦੇ ਹੈ। ਤੇ ਮੈਂ ਅੱਜ ਵੀ ਆਪਣੀ ਇਸ ਗੱਲ ਦੇ ਉੱਤੇ ਕਾਇਮ ਹਾਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬਾਕੀ ਪਾਰਟੀਆਂ, ਜੇ ਹੁਣ ਟਕਸਾਲੀਆਂ ਨੇ ਵੀ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਜਨਰਲ ਜੀਜੇ ਸਿੰਘ ਨੇ, ਮੈਂ ਉਹਦੀ ਵੀ ਸ਼ਲਾਘਾ ਕਰਦਾ, ਉਹਨੇ ਚੰਗਾ ਕੰਮ ਕੀਤਾ। ਤੇ ਜੇ ਇਸ ਤਰ੍ਹਾਂ ਹੋ ਸਕਦਾ ਬਾਕੀ ਪਾਰਟੀਆਂ ਵੀ ਕਰਨ ਤੇ ਬਹੁਤ ਚੰਗੀ ਗੱਲ ਹੈ। ਤੇ ਜੇ ਆਮ ਆਦਮੀ ਪਾਰਟੀ ਉਧਰ ਕੋਈ ਕੰਮ, ਮੈਂ ਆਪਣੀ ਰਾਏ ਦੇ ਚੁੱਕਾ ਤੇ ਮੈਂ ਸਪਸ਼ਟ ਕਹਿ ਚੁੱਕਾ, ਮੈਂ ਅਖਬਾਰ 'ਚ ਬਿਆਨ ਦੇ ਚੁੱਕਾ, ਇੱਦਾਂ ਹੋਣਾ ਚਾਹੀਦਾ। ਠੀਕ ਹੈ, ਯਾਨੀ ਕਿ ਆਮ ਆਦਮੀ ਪਾਰਟੀ ਤੁਸੀਂ ਰਿਕੁਐਸਟ ਕਰੋਗੇ ਕਿ ਉਹ ਆਪਣਾ ਕੈਂਡੀਡੇਟ ਉਧਰ ਵਾਪਸ, ਮੈਂ ਆਪਣੀ ਰਾਏ ਕਲੀਅਰ ਕਰ ਦਿੱਤੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਦਾ। ਠੀਕ ਹੈ, ਠੀਕ ਹੈ, ਠੀਕ ਹੈ। ਜਰਨੈਲ ਸਿੰਘ ਜੀ ਦੇ ਨਾਲ ਕਾਫੀ, ਜੋ ਕਿ ਲੋਕ ਸਭਾ ਦੇ 2019 ਦਾ ਜੋ ਸਿਆਸੀ ਦਲਦਲ ਹੈਗਾ ਉਹਦੇ ਉੱਪਰ ਜੋ ਕਾਫੀ ਸਵਾਲ ਕੀਤੇ ਗਏ ਸੀਗੇ ਪੰਜਾਬ ਦੇ ਮੁੱਦਿਆਂ ਨੂੰ ਵੀ ਲੈ ਕੇ, ਔਰ ਉਸ ਤੋਂ ਇਲਾਵਾ ਜੋ ਕਿ ਦਿੱਲੀ ਦੇ ਵਿੱਚ ਕੀ ਗਠਬੰਧਨ ਹੁੰਦਾ ਆਮ ਆਦਮੀ ਪਾਰਟੀ ਕਾਂਗਰਸ ਦਾ ਤੇ ਉਹਨਾਂ ਦਾ ਕੀ ਸਟੈਂਡ ਹੈਗਾ, ਕਿਉਂਕਿ ਸੋਸ਼ਲ ਮੀਡੀਆ ਤੇ ਇਹੀ ਮੈਸੇਜ ਚੱਲ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਜੋ ਹੈਗੀ ਆਪਣੇ ਪੁਰਾਣੇ ਜਿਹੜੇ ਜਰਨੈਲਾਂ ਜਿਨ੍ਹਾਂ ਨੇ ਆਪਣੀ ਜੋ ਕਿ ਜ਼ਿੰਦਗੀ ਜਿਹੜੀ ਹੈਗੀ ਲਗਾਈ ਹੈਗੀ ਆ 84 ਦੇ ਉੱਪਰ, ਉਹਨਾਂ ਤੋਂ ਇੱਕ ਵਾਰੀ ਪੁੱਛ ਲਵੇ। ਸੋ ਸਾਰੇ ਸਵਾਲਾਂ ਦੇ ਜਵਾਬ ਭਾਈ ਸਾਹਿਬ ਨੇ ਸਾਨੂੰ ਦਿੱਤੇ ਹੈਗੇ। ਅਖੀਰ ਦੇ ਵਿੱਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਜਿਹੜਾ ਹੈਗਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਇਸ ਸਿਆਸੀ ਦਲਦਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸ਼ੋਰਟ ਤੇ? ਦੇਖੋ, ਇੱਕ ਕ੍ਰਾਈਸਿਸ ਦਾ ਟਾਈਮ ਹੈ ਤੇ ਖਾਸ ਕਰ ਪੰਜਾਬ ਦੇ ਵਿੱਚ ਵੀ ਜੋ ਹਾਲਾਤ ਨੇ, ਕੋਈ ਸਿੱਖਾਂ ਦੀ ਬਾਂਹ ਫੜਨ ਵਾਲੀ ਗੱਲ ਨਹੀਂ ਕਰਦਾ। ਅਕਾਲੀ ਦਲ ਨੇ ਕੀ ਰੋਲ ਅਦਾ ਕੀਤਾ ਆਪਾਂ ਦੇਖਿਆ, ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਕੀ ਗੱਲਾਂ ਕਰ ਰਹੇ ਨੇ ਸਾਨੂੰ ਪਤਾ ਹੈ।
ਦੁਨੀਆ ਭਰ ਦੇ ਵੀ ਸਾਨੂੰ ਐਕਸਟ੍ਰੀਮਿਸਟ ਕਿਹਾ ਜਾ ਇਹ ਗੱਲ ਜਿਹੜੇ ਗੁਰੂ ਨਾਨਕ ਦੇ ਘਰ ਨੇ ਕਿਹਾ ਹੈ ਕਿ ਬਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸ ਕੋ ਬੈਰਾਈ ਜਿਸ ਧਰਮ ਨੇ ਦੂਜਿਆਂ ਦੇ ਲਈ ਕੁਰਬਾਨੀਆਂ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਿਆਂ ਦਾ ਧਰਮ ਬਚਾਉਣ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਉਸ ਧਰਮ ਨੂੰ ਜੇ ਬਦਨਾਮ ਦੁਨੀਆਂ ਦੇ ਦੂਜੇ ਦੇਸ਼ਾਂ 'ਚ ਕਰਨ ਦੀ ਕੋਸ਼ਿਸ਼ ਹੋਏ ਅਤੇ ਪੰਜਾਬ ਜਿੱਥੇ ਸਿੱਖ ਸਭ ਤੋਂ ਵੱਧ ਵਸਦੇ ਹੈ ਉਹਦਾ ਮੁੱਖ ਮੰਤਰੀ ਕਹੇ ਕਿ ਹਾਂ ਇਹ ਗਲਤ ਹੋ ਰਿਹਾ ਜੀ ਉਹਨਾਂ ਨੂੰ ਐਕਸਟ੍ਰੀਮਿਸਟ ਨੇ ਉਹਨੂੰ ਕਹਿਣਾ ਚਾਹੀਦਾ ਹੈ ਇਹ ਗੱਲ ਹਟਾਈ ਨਾ ਜਾਏ ਤੇ ਮੈਨੂੰ ਲੱਗਦਾ ਕਿ ਜਾਂ ਤਾਂ ਪੰਜਾਬ ਦੇ ਵਿੱਚ ਲੋਕ ਸੋ ਗਏ ਆ ਜਿਹੜੇ ਸਿੱਖ ਆ ਉਹਨਾਂ ਦੀ ਸਿੱਖੀ ਮਰ ਗਈ ਹੈ ਕਿ ਜੋ ਉਹੋ ਜਿਹੇ ਆਦਮੀ ਨੂੰ ਕੋਈ ਸਵਾਲ ਨਹੀਂ ਕਰ ਰਿਹਾ ਤੇ ਇਹ ਹਾਲਾਤ ਜਿਹੜੇ ਬਣੇ ਹੋਏ ਆ ਇਹਦੇ ਵਿੱਚ ਕੋਈ ਨਾ ਕੋਈ ਚੇਤਨਤਾ ਦੀ ਲਹਿਰ ਪਰਮਾਤਮਾ ਕਰੇ ਸਤਿਗੁਰੂ ਕਰੇ ਕਿ ਹੋਏ ਤੇ ਉਹਨਾਂ ਨੂੰ ਆਪਣੇ ਪਾਪ ਜਿਹੜੇ ਨੇ ਸਾਹਮਣੇ ਨਜ਼ਰ ਆਉਣ ਤਾਂ ਹੀ ਕੋਈ ਭਲਾ ਹੋ ਸਕਦਾ। ਠੀਕ ਹੈ ਸੰਗਤ ਜੀ, ਇਹ ਤੁਸੀਂ ਵਿਚਾਰਾਂ ਸੁਣੀਆਂ। ਸਰਦਾਰ ਜਰਨੈਲ ਸਿੰਘ ਸਾਡੇ ਨਾਲ ਜੁੜੇ ਸੀਗੇ, ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ। ਇਸੇ ਤਰੀਕੇ ਉਮੀਦ ਕਰਾਂਗੇ ਅਕਾਲ ਚੈਨਲ ਨੂੰ ਤੁਸੀਂ ਜੁੜਦੇ ਰਹੋਗੇ, ਗੁਰਫਤਿਹ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਦੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।